ਚੰਗਾ ਸਮਾਂ ਹੋਵੇ ਤਾਂ ਉਦੋਂ ਤੁਸੀਂ ਸਭ ਕੁਝ ਟਰਾਈ ਕਰ ਲਓ। ਕੀ ਬਾਤ ਹੈ, ਕਿਉਂਕਿ ਕਈ ਵਾਰੀ ਤੁਹਾਨੂੰ ਮੁਕੱਦਰ ਹੀ ਟਾਈਮ ਨਹੀਂ ਦਿੰਦੇ ਫਿਰ ਬਾਅਦ ਚ ਹਨਾ। ਓ ਤੇ ਮੈਨੂੰ ਆਇਆ ਕਿ ਵਾਹ ਗੁੱਡਾ ਸਾਹਿਬ ਵਾਹ ਕੀ। ਆਫਟਰ ਲੇਖ ਗੁਰਨਾਮ ਭੁੱਲਰ ਸਕਰੀਨ ਤੇ ਰੋਂਦਾ ਸਾਰਿਆਂ ਨੂੰ ਚੰਗਾ ਲੱਗਦਾ ਆ, ਹੈ ਨਾ? ਸੋ ਜਸਟ ਲਾਈਕ ਟੈਲ ਮੀ ਐਵਰੀਬਾਡੀ ਵਾਸ ਐਕਸਾਈਟਿਡ ਤੇ ਤੁਹਾਨੂੰ ਕੀ ਕੁਝ ਦਿਮਾਗ ਦੇ ਵਿੱਚ ਆ? ਕੱਲ ਨੂੰ ਜਦੋਂ ਰਿਲੀਜ਼ ਹੋਏਗੀ ਤੇ ਮੈਂ ਜਦੋਂ ਆਪਣੇ ਆਪ ਨਾਲ ਸ਼ੀਸ਼ੇ 'ਚ ਗੱਲ ਕਰੂੰਗਾ ਤਾਂ ਮੈਂ ਇਹ ਨਾ ਕਹਾਂ ਕਿ ਯਾਰ ਗੁਰਨਾਮ ਤੂੰ ਉਹ ਕਰ ਸਕਦਾ ਸੀ, ਤੂੰ ਉਹ ਨਹੀਂ ਕੀਤਾ, ਹੈ ਨਾ? ਕਿ ਕੁਛ ਆਡੀਅੰਸ ਇੱਦਾਂ ਦੀ ਵੀ ਆ ਜਿਹੜੀ ਚਾਹੁੰਦੀ ਹੈ ਕਿ ਯਾਰ ਥੋੜ੍ਹੀਆਂ ਬੋਲਡ ਫਿਲਮਾਂ ਵੀ ਆਉਣ ਕਿ ਜਦ ਸਕਰੀਨ 'ਤੇ ਹੋਣ ਨਾ ਇਹਨਾਂ ਤੋਂ ਨਜ਼ਰ ਨਹੀਂ ਹਟਦੀ, ਹੈ ਨਾ? ਯੂ ਆਰ ਵਨ ਆਫ ਦਾ ਕਾਇੰਡ ਆਫ ਐਕਟਰੈਸ ਜਿਨ੍ਹਾਂ ਨੂੰ ਹਜੇ ਤੱਕ ਪੰਜਾਬੀ ਇੰਡਸਟਰੀ ਨੇ ਇਸਤੇਮਾਲ ਕੀਤਾ ਹੀ ਨਹੀਂ। ਤਾਂ ਆਰ ਯੂ ਇਮੋਸ਼ਨਲ? ਉਹ ਗਾਣੇ ਦੇ ਨਾ ਅਸੀਂ ਐਗਜ਼ਾਮਪਲ ਦਿੰਦੇ ਹਾਂ ਲੋਕਾਂ ਨੂੰ ਬਹੁਤ ਵਾਰ, ਅਸੀਂ ਟੀਮ ਗੱਲ ਕਰਦੇ ਆ ਯਾਰ ਡਾਇਮੰਡ ਟੂ, ਮੈਂ ਕਹਿੰਦਾ ਨਹੀਂ ਯਾਰ ਨਹੀਂ। ਇਸ ਬੰਦੇ ਨੇ ਬੈਰੀਅਰ ਤੋੜਿਆ ਆਪਣਾ। ਜਿਵੇਂ ਮੈਂ ਆਮਿਰ ਖਾਨ ਸਾਹਿਬ ਦਾ ਬਹੁਤ ਵੱਡਾ ਫੈਨ ਹਾਂ ਕਿ ਜਿਸ ਦਿਨ ਇਹ ਚੱਲਣ ਲੱਗ ਗਏ ਨਾ ਤਾਂ ਉਸ ਦਿਨ ਹਰ ਇੱਕ ਵਾਰ ਇੱਕ ਨਵਾਂ ਆਮਿਰ ਖਾਨ ਆਊਗਾ। ਪਰ ਜਦੋਂ ਉਹਨਾਂ ਨੂੰ ਲੱਗੂਗਾ ਕਿ ਯਾਰ ਇਹ ਹਰ ਫਿਲਮ 'ਚ ਨਵਾਂ ਗੁਰਨਾਮ ਲੈ ਕੇ ਆਊਗਾ, ਪਤਾ ਨਹੀਂ ਯਾਰ ਕੈਸਾ ਰਿਲੇਸ਼ਨ ਹੈ ਮੇਰਾ ਅਤੇ ਰੂਪੀ ਦਾ, ਅਸੀਂ ਫੋਨ 'ਤੇ ਗੱਲ ਨਹੀਂ ਕਰਦੇ, ਤੂੰ ਮੇਰੀ ਬੇਇੱਜ਼ਤੀ ਤਾਂ ਨਹੀਂ ਕਰ ਰਿਹਾ? ਨਹੀਂ। ਪਰ ਜਦ ਅਸੀਂ ਮਿਲਦੇ ਹਾਂ ਤੁਹਾਨੂੰ ਐਂ ਲੱਗਦਾ ਅਸੀਂ ਬਹੁਤ ਵਧੀਆ ਦੋਸਤ ਆ। ਸਾਡੀ ਲੜਾਈ ਵੀ ਹੁੰਦੀ ਆ। ਅੱਛਾ, ਲੜਾਈ ਬਹੁਤ ਸਿੰਪਲ ਹੁੰਦੀ ਆ ਪਰ ਨਾ ਸਾਡਾ ਕੋਈ ਮਤਲਬ ਨਹੀਂ। ਅਸੀਂ ਜਿੰਨਾ ਵੀ ਜਾਣਦੇ ਆ ਨਾ ਇੱਕ ਦੂਜੇ ਨੂੰ ਔਨ ਸਕਰੀਨ ਜਾਣਦੇ ਆ, ਤੇ ਕਦੇ ਆਫ ਸਕਰੀਨ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਸਾਡਾ ਵਰਲਡ ਹੀ ਅਲੱਗ ਆ, ਰੂਪੀ ਦਾ ਵਰਲਡ ਅਲੱਗ ਆ, ਮੇਰਾ ਜਿੱਦਾਂ ਕਿਤੇ ਕੈਨੇਡਾ ਵਾਲੇ। ਹੁਣ ਮੈਨੂੰ ਐ ਵਧੀਆ ਲੱਗਦਾ ਰੂਪੀ ਨਾਲ ਉਹ ਰਿਲੇਸ਼ਨ। ਇੱਕ ਹੋਰ ਪੰਜਾਬ ਦੀ ਫੇਮਸ ਜੋੜੀ ਦਾ ਬੌਂਡ ਹੈ ਸੇਮ ਇਸ ਤਰ੍ਹਾਂ ਦਾ, ਨੀਰੂ ਜੀ ਤੇ ਦਿਲਜੀਤ ਦਿਲਜੀਤ। ਸਤਿ ਸ਼੍ਰੀ ਅਕਾਲ ਜੀ, ਮੈਂ ਭਵਨੀਤ ਕੌਸ਼ਲ, ਤੁਸੀਂ ਵੇਖ ਰਹੇ ਹੋ ABP ਸਾਂਝਾ, ਅਤੇ ਅੱਜ ਦੇ ਇੰਟਰਵਿਊ ਦਾ ਜਿਹੜਾ ਫਰੰਟ ਡਿਸਕਸ਼ਨ ਹੋਣ ਵਾਲਾ ਹੈ ਉਹ ਹੋਣ ਵਾਲਾ ਹੈ ਕਿ ਇਹ ਜਨਾਬ ਸ਼ਾਮ ਨੂੰ ਕੀ ਖਾਣਗੇ, ਬਿਕੋਜ਼ ਦੈਟ ਇਜ਼ ਰੀਅਲੀ ਰੀਅਲੀ ਇੰਪੋਰਟੈਂਟ। ਸੋ ਮੇਰੇ ਨਾਲ ਮੌਜੂਦ ਹੈ ਇੱਕ ਐਸੇ ਸ਼ਖਸ ਜਿਨ੍ਹਾਂ ਨਾਲ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਹਮੇਸ਼ਾ, ਆਈ ਐਮ ਦਿਲ ਤੋਂ ਕਹੀਂਗੀ ਦਿਸ ਗੱਲ, ਐਂਡ ਇੱਕ ਹੋਰ ਜਿਹੜੀ ਮੁਹਤਰਮਾ ਸਾਡੇ ਨਾਲ ਮੌਜੂਦ ਨੇ, ਆਈ ਐਮ ਵੈਰੀ ਵੈਰੀ ਹੈਪੀ ਕਿ ਉਹ ਮੇਰੇ ਨਾਲ ਇੰਟਰਵਿਊ ਕਰ ਰਹੇ ਨੇ, ਬਿਕੋਜ਼ ਮੈਨੂੰ ਕਦੇ ਹੁਣ ਕੁੜੀ ਟੱਕਰੀ ਹੋਣੀ, ਮੈਂ ਕਹਿੰਦਾ ਬਹੁਤ ਕੋਸ਼ਿਸ਼ਾਂ ਕੀਤੀਆਂ। ਰੂਫੀ ਗਿੱਲ ਦੇ ਗੁਰਨਾਮ ਭੁੱਲਰ, ਵੈਲਕਮ ਟੂ ABP, ਕੀ ਹਾਲ ਚਾਲ? ਵੈਲਕਮ ਯੇ, ਹਾਊ ਆਰ ਯੂ? ਬਹੁਤ ਵਧੀਆ ਭਾਈ, ਖੁਸ਼ ਹੈ ਨਾ ਵੱਡਾ? ਬਸ ਆਹੀ ਚਾਹੀਦਾ ਸਾਨੂੰ, ਹੈ ਨਾ? ਹੋਰ ਹੁੰਦਾ ਕੀ ਹਾਲ ਚਾਲ? ਬਹੁਤ ਵਧੀਆ ਭਾਈ, ਖੁਸ਼ੀ ਦੇ ਦਿਲ ਚੱਲ ਰਹੇ ਨੇ ਵਧੀਆ, ਆਲ ਗੁੱਡ, ਐਵਰੀਥਿੰਗ ਇਜ਼ ਮੋਰ ਦੈਨ ਹੈਪੀ, ਐਂਡ ਸੈਕੰਡਲੀ ਮੋਰ ਦੈਨ ਹੈਪੀ। ਕਿਆ ਬਾਤ ਹੈ, ਬਟ ਇੱਕ ਚੀਜ਼ ਹੈ ਹੈਪੀਨੈਸ ਦੀ ਨਾ, ਮੈਂ ਕਹਿ ਸਕਦਾ ਜਿਹੜੀ ਸਾਡੀ ਉਹ ਪਾਰ ਹੋਈ, ਉਹ ਪਰਿੰਦਾ ਦੇ ਜਦ ਟ੍ਰੇਲਰ ਆਇਆ, ਪਰਿੰਦਾ ਪਾਰ ਗਿਆ, ਉਹ ਸਭ ਦੀ ਨਾ ਇੱਕ ਐਕਸਪੈਕਟੇਸ਼ਨ ਨੂੰ ਪਾਰ ਕਰ ਗਿਆ, ਬਿਕੋਜ਼ ਜਦ ਪੋਸਟਰ ਦੇਖਿਆ ਸੀ ਲੱਗਿਆ ਸੀ ਕਿ ਨਾ ਹਾਂ ਠੀਕ ਹੈ ਇੱਕ ਸਿੰਗਰ ਦੀ ਕਹਾਣੀ ਹੋਏਗੀ, ਬਟ ਟ੍ਰੇਲਰ ਦੇ ਵਿੱਚ ਇੰਨਾ ਵੇਰੀਏਸ਼ਨ ਹੈ ਅਤੇ ਨਾਲ ਲਾਈਕ ਹਰ ਕੈਰੈਕਟਰ ਨਾ ਆਪਣੀ ਗੱਲ ਕਹਿੰਦਾ ਦੇਖਿਆ, ਹੈ ਨਾ? ਰੂਪੀ ਦੇ ਅੰਦਰੋਂ ਜਿਹੜਾ ਉਹ ਗੁਬਾਰ ਸੀਗਾ ਉਹ ਚਾਂਟੇ ਰਾਹੀਂ ਨਿਕਲਿਆ, ਤੁਹਾਡੇ ਕੈਰੈਕਟਰ ਜਿਹੜੇ, ਮੈਂ ਵੈਸੇ ਮੈਨੂੰ ਪਤਾ ਕਿ ਆਫਟਰ ਲੇਖ ਗੁਰਨਾਮ ਭੁੱਲਰ ਸਕਰੀਨ 'ਤੇ ਰੋਂਦਾ ਸਾਰਿਆਂ ਨੂੰ ਚੰਗਾ ਲੱਗਦਾ ਆ, ਹੈ ਨਾ? ਸੋ ਜਸਟ ਲਾਈਕ ਟੈਲ ਮੀ ਕਿ ਉਹ ਜਿਹਾ ਟ੍ਰੇਲਰ ਬਣ ਕੇ ਆਇਆ ਐਂਡ ਸਾਰਾ ਕੁਝ ਸਾਹਮਣੇ ਆਇਆ, ਐਵਰੀਬਡੀ ਵਾਜ਼ ਐਕਸਾਈਟਿਡ, ਅਤੇ ਤੁਹਾਨੂੰ ਕੀ ਕੁਛ ਦਿਮਾਗ ਦੇ ਵਿੱਚ ਚੱਲ ਰਿਹਾ? ਮੈਂ ਨਾ ਇਹ ਸਟੋਰੀ ਲਈ ਬਹੁਤ ਐਕਸਾਈਟਿਡ ਰਿਹਾ ਡੇ 1 ਤੋਂ। ਮਤਲਬ ਮੈਂ ਅਕਸਰ ਕਹਿੰਦਾ ਹੁੰਦਾ ਕਿ ਪਰਿੰਦਾ ਮੂਵੀ ਨੂੰ ਮੈਂ ਜਿਵੇਂ ਕਹਿੰਦੇ ਨਾ ਤਨ ਮਨ ਧਨ ਸਭ ਚੀਜ਼ਾਂ ਦਿੱਤੀਆਂ, ਮੈਂ ਇਸ ਫਿਲਮ ਨੂੰ ਇੰਨਾ ਪਿਆਰ ਕਰਦਾ, ਮੈਂ ਹਰ ਹਰ ਪ੍ਰੋਜੈਕਟ ਨੂੰ ਹੀ, ਉਹ ਛੋਟਾ ਹੋਵੇ ਵੱਡਾ ਹੋਵੇ ਛੋਟੇ ਬਜਟ ਦਾ ਵੱਡੇ ਬਜਟ ਦਾ, ਮੈਨੂੰ ਹਮੇਸ਼ਾ ਐਂ ਹੁੰਦਾ ਕਿ ਯਾਰ ਵੀ ਕੱਲ੍ਹ ਨੂੰ ਜਦੋਂ ਇਹ ਰਿਲੀਜ਼ ਹੋਏਗੀ ਤਾਂ ਮੈਂ ਜਦੋਂ ਆਪਣੇ ਆਪ ਨਾਲ ਸ਼ੀਸ਼ੇ 'ਚ ਗੱਲ ਕਰੂੰਗਾ ਤਾਂ ਮੈਂ ਇਹ ਨਾ ਕਹਾਂ ਕਿ ਯਾਰ ਗੁਰਨਾਮ ਤੂੰ ਉਹ ਕਰ ਸਕਦਾ ਸੀ, ਤੂੰ ਉਹ ਨਹੀਂ ਕੀਤਾ। ਵੈਰੀ ਨਾਈਸ। ਅਤੇ ਬਾਕੀ ਅਫਕੋਰਸ ਇਹ ਫਰਾਈਡੇ ਦੀ ਗੇਮ ਹੈ, ਇਹ ਬਾਕਸ ਆਫਿਸ ਦੀ ਗੇਮ ਹੈ, ਮੈਂ ਜਿੰਨੀਆਂ ਮਰਜ਼ੀ ਵੱਡੀਆਂ ਵੱਡੀਆਂ ਗੱਲਾਂ ਕਰ ਲਾਂ, ਐਂਡ ਆਫ ਦੀ ਡੇ ਤਾਂ ਜੋ ਬਾਕਸ ਆਫਿਸ ਬੋਲੇਗਾ ਉਹੀ ਸਭ ਸੱਚ ਹੈ, ਹੈ ਨਾ? ਬਿਲਕੁਲ। ਪਰ ਹਾਂ, ਜਦੋਂ ਆਏ ਤੁਸੀਂ ਜਿਵੇਂ ਕਿਹਾ, ਇਹ ਪਹਿਲਾ ਟ੍ਰੇਲਰ ਆਇਆ ਮੇਰੇ ਨਾਲ, ਇੱਕ ਮੇਰਾ ਦੋਸਤ ਥੀਏਟਰ ਕਰਦਾ ਹੁੰਦਾ ਸੀ ਅਸੀਂ ਕਾਲਜ, ਉਸ ਤੋਂ ਬਾਅਦ ਉਹਨੇ ਕਦੀ ਕਿਸੇ ਫਿਲਮ ਦੀ ਐਂ ਤਾਰੀਫ ਨਹੀਂ ਕੀਤੀ, ਅਤੇ ਇਸ ਵਾਰੀ ਉਹਨੇ ਮੈਨੂੰ ਫੋਨ ਕੀਤਾ ਅਤੇ ਕਹਿੰਦਾ ਯਾਰ ਮਜ਼ਾ ਆ ਗਿਆ, ਵਧੀਆ ਲੱਗਿਆ, ਕਹਿੰਦਾ ਕਿ ਤੂੰ ਕੁਛ ਕਹਿੰਦਾ ਲੇਖ ਟਾਈਮ ਵੀ ਆਈ ਹੋਈ ਕਾਲ ਤਾਂ। ਹਾਂਜੀ, ਪਰ ਵੀ ਲੇਖ ਵੀ ਫਿਰ ਵੀ ਕਿਤੇ ਨਾ ਕਿਤੇ ਅਸੀਂ ਪੰਜਾਬ ਦਾ ਦਾਇਰਾ ਆ, ਹਨਾ? ਕਿ ਕੁਛ ਆਡੀਅੰਸ ਇੱਦਾਂ ਦੀ ਵੀ ਆ ਜਿਹੜੀ ਚਾਹੁੰਦੀ ਹੈ ਕਿ ਯਾਰ ਥੋੜ੍ਹੀਆਂ ਬੋਲਡ ਫਿਲਮਾਂ ਵੀ ਆਉਣ। ਐਕਚੁਅਲੀ ਸਿਦਾਰੇ ਬਹੁਤ ਤੋੜੇ ਗਏ, ਤੇ ਇਹਦੇ 'ਚ ਅਸੀਂ ਹਰ ਚੀਜ਼, ਮਤਲਬ ਜਿੱਦਣ ਪਹਿਲੇ ਦਿਨ ਮੈਂ ਫਾਈਨਲ ਸਕ੍ਰਿਪਟ ਸੁਣੀ ਸੀ ਤਾਂ ਦੀਪਕ ਭਾਅ ਜੀ ਕਹਿੰਦੇ ਭਾਜੀ ਇਹ ਹੁਣ ਭੁੱਲ ਜਾਓ ਕਿ ਇਹ ਪੰਜਾਬੀ ਫਿਲਮ ਹੈ, ਹਨਾ? ਤੇ ਮੈਂ ਫਿਰ ਸੁਣਾਊਂਗਾ ਤੁਹਾਨੂੰ ਕਿ ਤੁਸੀਂ ਦਿਮਾਗ 'ਚ ਮੈਨੂੰ ਥੋੜ੍ਹੇ ਦੇਰ ਬਾਅਦ ਮੈਂ ਤੁਹਾਨੂੰ ਕੋਈ ਸੀਨ ਸੁਣਾਉਣਾ, ਤੁਸੀਂ ਕਹਿਣਾ ਭਾਜੀ ਨਹੀਂ ਯਾਰ ਪੰਜਾਬੀ ਆਡੀਅੰਸ ਐਕਸੈਪਟ ਕਰ ਲੂਗੀ, ਕਹਿੰਦਾ ਯਾਰ ਫਿਰ ਮੈਨੂੰ ਆਹ ਗੱਲਾਂ ਨਾ ਕਰਿਓ, ਹੁਣ ਮੈਂ ਆਪਦੇ ਹਿਸਾਬ ਨਾਲ ਸੁਣਾਉਣ ਲੱਗਿਆ, ਡਿਸੀਜ਼ਨ ਤੁਹਾਡਾ।
ਤੇ ਵਾਕਈ ਮੈਂ ਉਹ ਉਹ ਵੇਨ ਵਾਲੀ ਫਿਲਮ ਬਣਾਈ ਆ, ਕੰਮ ਕੀਤਾ, ਹਰ ਚੀਜ਼ ਉਹਦੇ 'ਚ ਐਂ ਕੀਤੀ ਆ। ਤੇ ਮੈਂ ਸੱਚੀ ਹਰ ਫਿਲਮ ਲਈ ਆਰਟਿਸਟ ਦੀ ਤਾਂ ਇਹ ਵਿਸ਼ ਹੁੰਦੀ ਹੈ ਕਿ ਯਾਰ ਸੁਪਰ ਡੁਪਰ ਹਿੱਟ ਜਾਵੇ, ਇਹ ਪ੍ਰੋਡਿਊਸਰਸ ਨੂੰ ਬਹੁਤ ਪੈਸੇ ਕਮਾ ਕੇ ਦੇ ਕੇ ਜਾਵੇ, ਮੈਨੂੰ ਐਪਰੀਸੀਏਸ਼ਨ ਮਿਲੇ, ਮੇਰੇ ਮੇਰੀ ਸਟਾਰ ਕਾਸਟ ਨੂੰ ਪਿਆਰ ਮਿਲੇ, ਅਸੀਂ ਤਾਂ ਇਹ ਚਾਹੁੰਦੇ ਹਾਂ। ਐਗਜੈਕਟਲੀ। ਤੇ ਇਸ ਫਿਲਮ ਦੀ ਮੈਂ ਕਹਿ ਸਕਦਾ ਇੱਕ ਚਮਕ ਤੁਹਾਡੇ ਨਾਲ ਵੀ ਬੈਠੀ ਆ, ਇੰਨੀ ਸ਼ਾਂਤ ਰਹਿੰਦੀ ਆ ਰੂਪੀ? ਲੈਟਸ ਬ੍ਰੇਕ ਸਮ ਆਈਸ ਯਾਰ, ਇੰਨੀ ਸ਼ਾਂਤ ਕਿਉਂ ਆ ਜੇ ਦੱਸ ਪਹਿਲਾਂ, ਹੈ ਨਾ? ਰੂਪੀ ਹੈਜ਼ ਦੈਟ ਕਾਈਂਡ ਆਫ ਸਕਰੀਨ ਪ੍ਰੈਜੈਂਸ ਕਿ ਜਦ ਸਕਰੀਨ ਤੇ ਹੋਣ ਨਾ ਤੇ ਇਹਨਾਂ ਤੋਂ ਨਜ਼ਰ ਨਹੀਂ ਹਟਦੀ, ਹੈ ਨਾ? ਤਾਂ ਉਹ ਚੀਜ਼ ਮੈਂ ਟ੍ਰੇਲਰ ਦੇ ਵਿੱਚ ਵੀ ਇਸ ਵਾਰ ਫੀਲ ਕੀਤੀ। ਮੈਂ ਨੀਚੇ ਵੀ ਗੱਲ ਕਰ ਰਿਹਾ ਸੀਗਾ ਕਿ ਯੂ ਆਰ ਵਨ ਆਫ ਦਾ ਕਾਇੰਡ ਆਫ ਐਕਟਰਸ ਜਿਨ੍ਹਾਂ ਨੂੰ ਹਜੇ ਤੱਕ ਪੰਜਾਬੀ ਇੰਡਸਟਰੀ ਨੇ ਇਸਤੇਮਾਲ ਕੀਤਾ ਹੀ ਨਹੀਂ, ਬਿਕੋਜ਼ ਰੈਪੂਟੇਸ਼ਨ ਹੈ, ਬਟ ਯੂ ਆਰ ਡੂਇੰਗ ਦੈਟ ਇਨ ਦਾ ਟ੍ਰੇਲਰ। ਅਤੇ ਮੈਨੂੰ ਗੱਲ ਦੱਸੋ, ਉਹ ਜਿਹੜਾ ਐਕਸੈਪਟੈਂਸ ਹੈਗੀ ਆ ਉਹ ਟ੍ਰੇਲਰ ਆਉਂਦੇ ਹੀ ਆਪਣੇ ਮਨ 'ਚ ਆ ਜਾਂਦੀ ਹੈ ਕਿ ਹਾਂ ਯਾਰ ਮੈਂ ਚੰਗਾ ਕੰਮ ਕਰ ਲਿਆ? ਨਹੀਂ ਜੀ, ਬਿਲਕੁਲ ਵੀ ਨਹੀਂ। ਮਤਲਬ ਮੈਨੂੰ ਓਨਾ ਚਿਰ ਨਹੀਂ ਹੁੰਦਾ ਜਿੰਨਾ ਚਿਰ ਲਾਈਕ ਫਿਲਮ ਨਾ ਆ ਜਾਵੇ, ਅਤੇ ਜੇ ਮਤਲਬ ਆਡੀਅੰਸ ਜਦੋਂ ਕਹਿ ਦਿੰਦੀ ਆ ਅਤੇ ਉਹ ਵੈਲੀਡੇਸ਼ਨ ਦੇ ਦਿੰਦੀ ਆ, ਉਦੋਂ ਫੀਲ ਹੁੰਦਾ ਆ। ਬਟ ਆਈ ਥਿੰਕ ਓਨਾ ਚਿਰ ਆਪਣੇ ਆਪ 'ਤੇ ਤਾਂ ਫਿਰ ਤਾਂ ਬਹੁਤ ਵੱਡਾ ਵਹਿਮ ਆ ਤੁਸੀਂ, ਜੇ ਤੁਸੀਂ ਆਪਣੇ ਆਪ 'ਚ ਤੁਹਾਨੂੰ ਲੱਗ ਰਿਹਾ ਕਿ ਹਾਂ ਮੈਂ ਵਧੀਆ ਕੀਤਾ, ਇੱਦਾਂ ਨਹੀਂ। ਆਈ ਡੋਂਟ ਥਿੰਕ ਇਹ 'ਚ ਤੁਹਾਨੂੰ ਆਪਣੇ ਆਪ ਦੀ ਤਾਂ ਥੋੜ੍ਹਾ ਜਿਹਾ ਹਾਰਡ ਹੋਣਾ ਚਾਹੀਦਾ ਆਪਣੇ ਆਪ 'ਤੇ ਜੀ। ਰੂਪੀ, ਤੁਹਾਡੀ ਸਕਰੀਨ ਸ਼ੇਅਰਿੰਗ ਜਿਹੜੀ ਹੈਗੀ ਹੈ ਉਹ ਵੱਡੇ ਵੱਡੇ ਕਲਾਕਾਰਾਂ ਨਾਲ ਰਹੀ ਹੈ ਨਾ, ਅਤੇ ਲਾਈਕ ਗੁਰਨਾਮ ਐਜ਼ ਏ ਐਕਟਰ ਹੈਜ਼ ਗਰੋਨ ਇਮੈਂਸਲੀ, ਹੈ ਨਾ? ਅਸੀਂ ਦੇਖਿਆ ਆ ਇਹਨਾਂ ਨੂੰ, ਕਿਉਂਕਿ ਮੈਂ ਗੁਰਨਾਮ ਮੇਰੇ ਨੂੰ ਜਦ ਵੀ ਮਿਲਦਾ ਅਸੀਂ ਹਮੇਸ਼ਾ ਨਾ ਪਰਫੋਰਮੈਂਸ ਦੀ ਗੱਲ ਜ਼ਰੂਰ ਕਰਦੇ ਹੁੰਦੇ ਹਾਂ, ਹੈ ਨਾ? ਜਾਂ ਲੇਖ ਵੀ ਆਈ ਸੀ ਉਸ ਤੋਂ ਬਾਅਦ ਕਿ ਨਾ ਹਰ ਟਾਈਮ ਇਹਨਾਂ ਨੇ ਗਰੋ ਕੀਤਾ। ਇਸ ਬਾਰ ਜਿਹੜੀ ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹੂੰਗਾ ਤੁਹਾਡੇ ਤੋਂ, ਇਹਨਾਂ ਵੱਲ ਮੈਂ ਬਾਅਦ 'ਚ ਆਊਂਗਾ ਕਿ ਹਾਊ ਡਿਡ ਯੂ ਸੀ ਹਿਜ਼ ਗਰੋਥ ਐਂਡ ਹਿਜ਼ ਵੇਰੀਏਸ਼ਨ ਇਨ ਦਾ ਕੈਰੈਕਟਰਸ, ਕਿਉਂਕਿ ਟ੍ਰੇਲਰ ਦੇ ਵਿੱਚ ਜਿਹੜਾ ਮੈਂ ਸਭ ਤੋਂ ਪਹਿਲਾਂ ਆ ਕੇ ਗੱਲ ਇਹ ਕਹੀ ਕਿ ਵਰਸਟਾਈਲ ਅਬਾਊਟ ਜੀ 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 ਹੈ ਨਾ। ਆਈ ਥਿੰਕ ਸਰ ਮੈਨੂੰ ਤਾਂ ਲੱਗਦਾ ਮੈਂ ਐਜ਼ ਅ ਹਿਊਮਨ ਬੀਇੰਗ ਹੀ ਕੰਪਲੀਟ ਡਿਫਰੈਂਟ ਪਰਸਨ ਦੇਖਿਆ ਆ, ਇਨ ਦਾ ਸੈਂਸ ਆਫ ਲਾਈਕ ਉਹਨਾਂ ਦੇ ਕਰਾਫਟ 'ਤੇ ਐਜ਼ ਅ ਉੱਦਾਂ, ਜੇ ਮੈਂ ਕਹਾਂ ਕਿ ਜੇ ਗੁਰਨਾਮ ਇਨ ਰੀਅਲ ਲਾਈਫ ਉੱਦਾਂ ਨੇ, ਉਹ ਉੱਦਾਂ ਐਗਜੈਕਟ ਸੇਮ ਆ, ਬਟ ਵਿਦ ਇਸ ਕਰਾਫਟ ਜਾਂ ਜਦੋਂ ਉਹ ਮਤਲਬ ਸੈੱਟ 'ਤੇ ਬਿਹੇਵ ਕਰਦੇ ਆ, ਜਿੱਦਾਂ ਵਿਦ ਦ ਵੇ ਹੀ ਇਜ਼ ਡੈਡੀਕੇਟਡ ਆਪਣੇ ਕੰਮ ਨੂੰ ਲੈ ਕੇ, ਕਿਉਂਕਿ ਮੈਂ ਦੇਖਿਆ ਸੀ ਜਦੋਂ ਅਸੀਂ, ਚਲੋ ਜਵਾਕ ਤਾਂ ਹਜੇ ਅਸੀਂ ਵੀ ਹੁਣ ਵੀ ਹਜੇ ਵੀ ਹਾਂ, ਬਟ ਅਸੀਂ ਉਦੋਂ ਬਹੁਤ ਹੀ ਨਵੇਂ ਸੀਗੇ ਜਦੋਂ ਅਸੀਂ ਸ਼ੂਟ ਕਰ ਰਹੇ ਸੀ ਗਾਣਾ, ਅਤੇ ਅਸੀਂ ਮਤਲਬ ਲਿਟਰਲੀ ਹੱਸਦੇ ਖੇਡ ਗਾਣਾ ਸ਼ੂਟ ਕੀਤਾ 2 ਦਿਨ, ਅਤੇ ਉਹ ਤੋਂ ਬਾਅਦ ਮਤਲਬ ਅਸੀਂ ਮਿਲੇ ਨਹੀਂ 5 ਸਾਲ, ਅਤੇ ਇੱਕ ਵਾਰੀ ਗੱਲ ਹੋਈ ਵਿੱਚ, ਅਤੇ ਮੈਨੂੰ ਤਾਂ ਲੱਗਦਾ ਸੀ ਕੰਗਰੈਚੁਲੇਸ਼ਨ ਵੀ ਨਹੀਂ ਕਿਹਾ ਹੋਣਾ ਇੱਕ ਦੂਸਰੇ ਨੂੰ ਵੀ ਗਾਣਾ ਵਧੀਆ ਗਿਆ। ਮੈਂ ਇਹ ਕਹਿ ਸਕਦਾ ਉਹ ਗਾਣੇ ਤੋਂ ਲੈ ਕੇ, ਹੈ ਨਾ, ਮੈਂ ਉਹ ਗਾਣੇ ਦੇ ਨਾ ਅਸੀਂ ਐਗਜ਼ਾਮਪਲ ਦਿੰਦੇ ਹਾਂ ਲੋਕਾਂ ਨੂੰ ਕਿ ਦੈਟ ਹੈਜ਼ ਬੀਨ ਅ ਗੇਮ ਚੇਂਜਰ, ਜਦ ਹੈ ਨਾ ਕਿ ਗੁਰਨਾਮ ਵੀਰੇ ਕਹਿੰਦੇ ਉਹਦੀ ਤਾਂ ਚੀਜ਼ ਮੈਂ ਕਹਿੰਦਾ ਕੋਈ ਥਾਂ ਹੀ ਲੈ ਨਹੀਂ ਸਕਦਾ ਡਾਇਮੰਡ ਦੀ, ਹੈ ਨਾ? ਬਹੁਤ ਵਾਰ ਅਸੀਂ ਟੀਮ ਗੱਲ ਕਰਦੇ ਆ ਯਾਰ ਡਾਇਮੰਡ 2, ਤਾਂ ਮੈਂ ਕਹਿੰਦਾ ਨਹੀਂ ਯਾਰ ਨਹੀਂ, ਇਹਦਾ 2 ਨਹੀਂ ਬਣਦਾ, ਇਹਦਾ 2 ਮਤਲਬ ਨਹੀਂ, ਕਦੀ ਵੀ ਨਹੀਂ, ਕਦੀ ਵੀ ਮੈਂ ਕਿਸੇ ਨੂੰ ਇਹ ਗੱਲ ਵੀ ਨਹੀਂ ਕਰਨ ਦਿੰਦਾ ਕਿ 2 ਵਾਈ 2, ਮਤਲਬ ਜੋ ਹੈ ਉਹ। ਮੈਨੂੰ ਹਜੇ ਵੀ ਯਾਦ ਹੈ ਮੈਂ ਰੇਡੀਓ ਹੁੰਦਾ ਸੀ ਨਾ ਉਸ ਵੇਲੇ, ਅਤੇ ਗੁਰਨਾਮ ਵੀਰੇ ਦਾ ਡਾਇਮੰਡ ਆਇਆ, ਇਹ ਮੁੰਡਾ ਇੰਨਾ ਚਮਕਿਆ, ਠੀਕ ਹੈ, ਸੇ ਮੈਂ ਕਹਿ ਸਕਦਾ ਸੀ ਹਰ ਕਿਸੇ ਨੇ ਇਹਨਾਂ ਨੂੰ ਸਕਰੀਨ 'ਤੇ ਦੇਖਿਆ ਅਤੇ ਕਿਹਾ ਯਾਰ ਇਹ ਇੱਕ ਚੰਗਾ ਐਕਟਰ ਹੋ ਸਕਦਾ ਆ, ਬਟ ਜਦ ਤੱਕ ਤੁਸੀਂ ਪ੍ਰੂਵ ਨਹੀਂ ਨਾ ਕਰਦੇ ਲੋਕ ਮੰਨਦੇ ਨਹੀਂ ਤੁਹਾਨੂੰ ਚੰਗਾ ਐਕਟਰ, ਐਂਡ ਹੀ ਡਿਡ ਦੈਟ ਵਿਦ ਲੇਖ, ਐਂਡ ਉਹ ਸਾਰੀ ਚੀਜ਼ ਜਿਹੜੀ ਹੈਗੀ ਉਹ ਪਰਿੰਦਾ ਦੇ ਵਿੱਚ ਨਿਕਲ ਕੇ ਆਈ। ਮੈਂ ਕਹਿ ਸਕਦਾ ਇਸ ਬੰਦੇ ਨੇ ਬੈਰੀਅਰ ਤੋੜਿਆ ਆਪਣਾ ਕਿ ਯਾਰ ਆ ਕਰਕੇ ਦੇਖਦੇ ਆ, ਕਿਉਂਕਿ ਐਕਸੈਪਟੈਂਸ ਮਿਲੂਗੀ ਨਹੀਂ ਮਿਲੂਗੀ, ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਉਹ ਯਾਰ ਫਲਾਣੇ ਕਰੈਕਟਰ ਨਾਲ ਮਿਲਦਾ ਆ, ਇਹ ਇੱਦਾਂ ਦੀ ਫਿਲਮ, ਕਿਉਂਕਿ ਇਹ ਗੱਲਾਂ ਹੁੰਦੀਆਂ ਨੇ। ਬਟ ਗੁਰਨਾਮ ਵੀਰੇ ਇਹ ਰਿਸਕ ਲੈਣ ਲਈ ਤੁਸੀਂ ਕਿੰਨੇ ਕੁ ਤਿਆਰ ਸੀਗੇ? ਐਂਡ ਜਦ ਇਹ ਰਿਸਕ ਲੈ ਲਿਆ, ਲੁੱਕ ਨਾਲ ਰਿਸਕ ਹੈ, ਸਾਰੀ ਚੀਜ਼ਾਂ, ਬਹੁਤ ਸਾਰੇ ਬੈਰੀਅਰ ਬ੍ਰੇਕ ਕਰ ਰਹੇ ਸੀਗੇ, ਹੁਣ ਕਿੰਨਾ ਦਿਲ ਖੁੱਲ੍ਹਿਆ ਖੁੱਲ੍ਹਿਆ ਲੱਗਦਾ ਆ? ਸੇਮਲੀ ਯਾਰ ਮੇਰਾ ਇਹ ਹੁੰਦਾ ਕਿ ਮੈਨੂੰ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਆਮੀਰ ਖਾਨ ਸਾਹਿਬ ਦਾ ਬਹੁਤ ਵੱਡਾ ਫੈਨ ਹਾਂ, ਔਰ ਉਹਨਾਂ ਦੀ ਮੈਂ ਹਮੇਸ਼ਾ ਇਹ ਦੇਖੀ ਹੈ ਕਿ ਮੈਂ ਉਹਨਾਂ ਦੀ ਟੀਮ ਨਾਲ ਬਹੁਤ ਗੱਲ ਕਰਦਾ, ਜਿਹੜੇ ਉਹਨਾਂ ਦੀ ਟੀਮ 'ਚ ਅਸਿਸਟੈਂਟਸ ਹੁੰਦੇ ਨੇ, ਮੈਨੂੰ ਹੁੰਦਾ ਕਿ ਮੈਨੂੰ ਕੁਛ ਵੀ ਸੁਣਨ ਨੂੰ ਮਿਲਦਾ ਉਹਨਾਂ ਬਾਰੇ ਤਾਂ ਮੈਂ ਸੁਣਦਾ, ਹੈ ਨਾ? ਤਾਂ ਮੈਂ ਦੇਖਿਆ ਕਿ ਆਪਾਂ ਵੱਡੀਆਂ ਵੱਡੀਆਂ ਫਿਲਮਾਂ ਦੀ ਗੱਲ ਕਰਦੇ ਹਾਂ, 1,000 ਕਰੋੜ ਵਾਲੀਆਂ ਫਿਲਮਾਂ ਦੀ ਗੱਲ ਕਰਦੇ ਹਾਂ ਜਾਂ 5,000 ਕਰੋੜ ਵਾਲੀਆਂ ਫਿਲਮਾਂ ਦੀ ਗੱਲ ਕਰਦੇ ਹਾਂ, ਉਹ ਲੋਕ ਐਂ ਹੀ ਕਰਦੇ ਆ ਕਿ ਇੱਕ ਬੰਦਾ ਉਹਨੇ ਇੱਕ ਕੈਰੈਕਟਰ, ਆਪਾਂ ਜੌਨ ਵਿਕ ਦੀ ਗੱਲ ਕਰਦੇ ਹਾਂ ਤਾਂ
ਲੋਕ ਸਾਲ ਸਾਲ ਕਰੈਕਟਰ ਨੂੰ ਦਿੰਦੇ ਆ ਹਨਾ ਬਿਲਕੁਲ ਤੇ ਮੈਨੂੰ ਬਸ ਉਹ ਪ੍ਰੋਸੈਸ ਇੰਜੋਏ ਕਰਨਾ ਮੈਂ ਸੱਚੀ ਚਾਹੁੰਦਾ ਕਿ ਜਿੱਦਣ ਇਹ ਕਰੈਕ ਹੋ ਗਿਆ ਜਿਸ ਦਿਨ ਇਸ ਤਰੀਕੇ ਨਾਲ ਫਿਲਮਾਂ ਚੱਲਣ ਲੱਗ ਗਈਆਂ ਨਾ ਕਿ ਜਿਵੇਂ ਆਮਿਰ ਖਾਨ ਸਾਹਿਬ ਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਤੁਸੀਂ ਹਮੇਸ਼ਾ ਨਵਾਂ ਕੈਰੈਕਟਰ ਪਲੇ ਕਰਦੇ ਆ ਜਦੋਂ ਇਹ ਫਿਲਮਾਂ ਨਹੀਂ ਸੀ ਚੱਲਦੀਆਂ ਉਹਨਾਂ ਦੀਆਂ ਤਾਂ ਉਹ ਕਹਿੰਦੇ ਸੀ ਕਿ ਜਿਸ ਦਿਨ ਇਹ ਚੱਲਣ ਲੱਗ ਗਏ ਨਾ ਤਾਂ ਉਸ ਦਿਨ ਹਰ ਇੱਕ ਵਾਰ ਇੱਕ ਨਵਾਂ ਆਮਿਰ ਖਾਨ ਆਊਗਾ ਹਨਾ ਤਾਂ ਮੈਂ ਚਾਹੁੰਦਾ ਕਿ ਯਾਰ ਸ਼ਾਇਦ ਗੁਰਨਾਮ ਭੁੱਲਰ ਇੱਕ ਬੰਦਾ ਜਿਹਨੂੰ ਲੋਕ ਗਾਣਿਆਂ 'ਚ ਵੀ ਦੇਖਦੇ ਆ ਸ਼ੋਅ 'ਚ ਵੀ ਦੇਖਦੇ ਆ ਤਾਂ ਸ਼ਾਇਦ ਇੱਕ ਟਾਈਮ 'ਤੇ ਉਹਨਾਂ ਨੂੰ ਲੱਗੂਗਾ ਕਿ ਠੀਕ ਹੈ ਇਹਨੂੰ ਦੇਖ ਲਿਆ ਹੋਇਆ ਪਰ ਜਦੋਂ ਉਹਨਾਂ ਨੂੰ ਲੱਗੂਗਾ ਕਿ ਯਾਰ ਇਹ ਹਰ ਫਿਲਮ 'ਚ ਨਵਾਂ ਗੁਰਨਾਮ ਲੈ ਕੇ ਆਊਗਾ ਤਾਂ ਮੈਨੂੰ ਲੱਗਦਾ ਕਿ ਉਹ ਕਰੇਜ਼ ਮੇਰੇ ਲਈ ਉਹਨਾਂ ਦਾ ਹੋਰ ਐਕਸਾਈਟਮੈਂਟ ਵਧੂਗੀ ਕਿ ਹੈ ਨਾ ਕਿ ਯਾਰ ਉਹਦੀ ਫਿਲਮ ਆ ਉਹਦੇ 'ਚ ਕੁਛ ਨਵਾਂ ਤਾਂ ਹੋਊਗਾ ਹੈ ਨਾ ਕਿ ਅਸੀਂ ਉਹੀ ਪੁਰਾਣੀਆਂ ਚੀਜ਼ਾਂ ਨਹੀਂ ਦੇਖਾਂਗੇ ਬਸ ਮੇਰੀ ਇੰਨੀ ਕੁ ਹੁੰਦੀ ਆ ਬਾਕੀ ਬੈਰੀਅਰਸ ਨਹੀਂ ਅੱਜ ਦੀ ਡੇਟ 'ਚ ਮਤਲਬ ਮੇਰੇ ਫਾਦਰ ਕਹਿੰਦੇ ਹੁੰਦੇ ਆ ਕਿ ਯਾਰ ਜਦੋਂ ਚੰਗਾ ਸਮਾਂ ਹੋਵੇ ਤਾਂ ਉਦੋਂ ਤੁਸੀਂ ਸਭ ਕੁਛ ਟਰਾਈ ਕਰ ਲਓ ਕਿਉਂਕਿ ਕਈ ਵਾਰੀ ਤੁਹਾਨੂੰ ਮੁਕੱਦਰ ਹੀ ਟਾਈਮ ਨਹੀਂ ਦਿੰਦੇ ਫਿਰ ਬਾਅਦ 'ਚ ਹਨਾ ਤੇ ਮੈਨੂੰ ਐਂ ਕਿ ਵਾਹ ਗੁਰਦਾਸ ਸਾਹਿਬ ਵਾਹ ਕਿਆ ਬਸ ਕਰੋ ਯਾਰ ਕਿਆ ਬਾਤ ਹੈ ਕਿਆ ਬਾਤ ਹੈ ਮੈਨੂੰ ਐਂ ਕਿ ਅੱਜ ਟੱਚ ਪ੍ਰਭੂ ਓਕੇ ਤਾਂ ਜੀ ਮੈਨੂੰ ਹਾਂਜੀ ਹਾਂਜੀ ਨਹੀਂ ਨਹੀਂ ਦੇਖੋ ਰੁਕੋ ਰੁਕੋ ਬੋਲੀ ਜਾਓ ਯੈਸ 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 ਰੂਪੀ ਜਦ ਪਤਾ ਲੱਗਿਆ ਸੀਗਾ ਤੁਸੀਂ ਦੁਬਾਰਾ ਵਾਪਿਸ ਕੰਮ ਕਰ ਰਹੇ ਹੋ ਇਕੱਠੇ ਕਾਲ ਗਈ ਇੱਕ ਦੂਜੇ ਦੀ ਦੂਜੇ ਨੂੰ ਜਾਂ ਉਹ ਸਿੱਧੀ ਸੈੱਟ ਤੇ ਮੀਟਿੰਗ ਨਹੀਂ ਜੀ ਕਾਲ ਨਹੀਂ ਸੀ ਤਾਂ ਮਤਲਬ ਗੱਲ ਹੀ ਨਹੀਂ ਕੀਤੀ ਹੈਗੀ ਪਤਾ ਨਹੀਂ ਯਾਰ ਕਿਹੜਾ ਰਿਲੇਸ਼ਨ ਹੈ ਮੇਰਾ ਤੇ ਰੂਪੀ ਦਾ ਅਸੀਂ ਫੋਨ ਤੇ ਗੱਲ ਨਹੀਂ ਕਰਦੇ ਅਸੀਂ ਚੈਟ ਨਹੀਂ ਕਰਦੇ ਮੇਰੇ ਖਿਆਲ 'ਚ ਮੇਰੇ ਕੋਲ ਸਾਡੇ ਕੋਲ ਨੰਬਰ ਕੋਈ ਪੁਰਾਣਾ ਮੇਰੇ ਕੋਲ ਹੈਗਾ ਰੂਪੀ ਦਾ ਇੱਕ ਵਾਰ ਹਨਾ ਪਰ ਜਦ ਅਸੀਂ ਮਿਲਦੇ ਹਾਂ ਸਾਨੂੰ ਐਂ ਲੱਗਦਾ ਅਸੀਂ ਬਹੁਤ ਵਧੀਆ ਦੋਸਤ ਆ ਸਾਰਿਆਂ ਨੂੰ ਇਹੀ ਲੱਗਾ ਐਕਚੁਅਲੀ ਨਾ ਜਿਹੜੀ ਤੁਸੀਂ ਨਾ ਇੱਕ ਕੰਫਰਟ ਜ਼ੋਨ ਜਿਹਾ ਹੈਗਾ ਇੱਕ ਵਾਈਬ ਸ਼ੇਅਰ ਕਰਦੇ ਨੇ ਸਾਰੇ ਨੇ ਕਿਹਾ ਕਿ ਨਾ ਇਹ ਦੋਨਾਂ ਦੀ ਵਾਈਬ ਬੜੀ ਪੋਜ਼ਿਟਿਵ ਇਕੱਠੀ ਔਰ ਇਹ ਬਹੁਤ ਘੱਟ ਹੁੰਦਾ ਹੈ ਔਰ ਮੈਨੂੰ ਦੱਸਾਂ ਜੇ ਗੁਰਨਾਮ ਨੈਗੇਟਿਵ ਜੀ ਵਾਈਬ ਦੇਣ ਲੱਗ ਜਾਂਦੇ ਤਾਂ ਉਹ ਤੋਂ ਮਾੜੀ ਵੀ ਕੋਈ ਚੀਜ਼ ਨਹੀਂ ਹੋ ਸਕਦੀ ਹੋਇਆ ਕਦੇ ਮਤਲਬ ਸਾਡੀ ਲੜਾਈ ਵੀ ਹੁੰਦੀ ਆ ਤੇ ਲੜਾਈ ਵੀ ਹੁੰਦੀ ਆ ਪਰ ਨੂੰ ਸਾਡਾ ਕੋਈ ਮਤਲਬ ਮੈਸੇਜ ਵਗੈਰਾ ਐਕਸਚੇਂਜ ਨਹੀਂ ਹੋਇਆ ਹੈਗਾ ਤਾਂ ਅਸੀਂ ਸਿੱਧਾ ਪ੍ਰੀ ਪ੍ਰੋਡਕਸ਼ਨ ਜਦੋਂ ਅਸੀਂ ਜਿੰਨਾ ਵੀ ਜਾਣਦੇ ਆ ਨਾ ਇੱਕ ਦੂਜੇ ਨੂੰ ਔਨ ਸਕਰੀਨ ਜਾਣਦੇ ਆ ਕਦੇ ਆਫ ਸਕਰੀਨ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਮਤਲਬ ਸਾਡੀ ਸਾਡਾ ਵਰਲਡ ਹੀ ਅਲੱਗ ਆ ਰੂਪੀ ਦਾ ਵਰਲਡ ਅਲੱਗ ਆ ਮੇਰਾ ਜਿੱਦਾਂ ਕਿਦੇ ਕੈਨੇਡਾ ਵਾਲੇ ਅਨੀ ਸਿਰਫ ਇਟਸ ਨਾਟ ਲਾਈਕ ਕੈਨੇਡਾ ਵਾਲੇ ਬਸ ਸਾਡੇ ਮਤਲਬ ਬਸ ਔਰ ਮੈਨੂੰ ਨਾ ਇਹ ਗੱਲ ਮੈਂ ਹੌਲੀ ਹੌਲੀ ਸਿੱਖਿਆ ਸ਼ਾਇਦ ਕਿ ਮੈਨੂੰ ਕਿਸੇ ਬੰਦੇ ਨੇ ਬੜੀ ਵਧੀਆ ਸਲਾਹ ਦਿੱਤੀ ਕਿ ਯਾਰ ਤੁਸੀਂ ਨਾ ਕੰਮ 'ਚ ਦੋਸਤ ਨਾ ਬਣਾਓ ਤੁਸੀਂ ਬਹੁਤ ਵਧੀਆ ਕੰਮ ਕਰੋਗੇ ਮੈਂ ਪਹਿਲਾਂ ਹੁੰਦਾ ਸੀ ਕੋਈ ਪ੍ਰੋਡਿਊਸਰ ਮਤਲਬ ਪ੍ਰੋਡਿਊਸਰ ਮੈਂ ਮੇਰੀ ਫੈਮਿਲੀ ਬਣ ਗਿਆ ਹਨਾ ਫਿਰ ਬੰਦਾ ਉਹ ਗੱਲ ਵੀ ਨਹੀਂ ਕਹਿ ਪਾਉਂਦਾ ਔਰ ਹੌਲੀ ਹੌਲੀ ਮੈਂ ਹੁਣ ਮੈਨੂੰ ਐਂ ਵਧੀਆ ਲੱਗਦਾ ਰੂਪੀ ਨਾਲ ਉਹ ਰਿਲੇਸ਼ਨ ਕਿ ਅਸੀਂ ਸਿਰਫ ਕੰਮ 'ਤੇ ਹਾਂ ਹਾਂ ਸਾਡਾ ਜਿੰਨਾ ਵੀ ਰਿਲੇਸ਼ਨ ਆ ਸਾਈਡ ਇੱਕ ਦੂਜੇ ਦੀ ਜੋ ਰਿਸਪੈਕਟ ਆ ਜੋ ਪਿਆਰ ਆ ਉਹ ਸਾਡਾ ਸਗੋਂ ਬੈਟਰ ਵੇ ਨਾਲ ਨਿਕਲ ਕੇ ਆਉਂਦਾ ਸਕਰੀਨ 'ਤੇ ਕਿਉਂਕਿ ਸਾਡੇ 'ਚ ਜੋ ਇਮੋਸ਼ਨਸ ਨੇ ਉਹ ਇੱਥੇ ਹੀ ਨੇ ਪੰਜਾਬ ਦੀ ਫੇਮਸ ਜੋੜੀ ਦਾ ਬੌਂਡ ਹੈ ਸੇਮ ਪਲੇਸ ਸੇਮ ਇੱਥੇ ਹੀ ਅਸੀਂ ਇੰਟਰਵਿਊ ਕੀਤਾ ਸੀ ਛੜਾ ਦੇ ਟਾਈਮ ਦੈਨ ਦਿਲਜੀਤ ਟੋਲਡ ਮੀ ਕਿ ਅਸੀਂ ਸੈੱਟ ਤੋਂ ਇਲਾਵਾ ਗੱਲ ਹੀ ਨਹੀਂ ਕਰਦੇ ਅਤੇ ਉਹਨਾਂ ਨੇ ਕਿਹਾ ਮੇਰੇ ਕੋਲ ਨੀਰੂ ਮੈਮ ਦਾ ਨੰਬਰ ਹੀ ਨਹੀਂ ਹੈਗਾ ਹੀ ਸੈਡ ਇਟ ਕਿ ਅਸੀਂ ਕਦੇ ਗੱਲ ਹੀ ਨਹੀਂ ਕੀਤੀ ਹੈ ਨਾ ਅਤੇ ਮੈਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਜਿਹੜੀ ਉਹ ਐਕਸਾਈਟਮੈਂਟ ਜਿਹੜੀ ਦਿਲਾਂ ਦੇ ਵਿੱਚ ਰਹਿੰਦੀ ਹੈ ਉਹ ਮੈਂ ਕਹਿੰਦਾ ਉਹ ਸਕਰੀਨ 'ਤੇ ਕਨਵਰਟ ਹੁੰਦੀ ਹੈ ਵਧੀਆ ਗੱਲ ਹੈ ਜੀ ਅੱਛੀ ਗੱਲ ਹੈ ਇਹ ਮੈਂ ਤਾਂ ਹੁਣ ਇਹ ਰੂਲ ਬਣਾ ਰਿਹਾ ਹੌਲੀ ਹੌਲੀ ਕਿ ਵਧੀਆ ਹੈ ਬਟ ਇੱਕ ਚੀਜ਼ ਟ੍ਰੇਲਰ ਦੇ ਵਿੱਚ ਨਾ ਦੋ ਟਾਈਪ ਦੀ ਕੈਮਿਸਟਰੀ ਹੁੰਦੀ ਹੈ ਇੱਕ ਜਿਹੜਾ ਆਪਾਂ ਲਵ ਐਂਗਲ ਦੇਖ ਰਹੇ ਹਾਂ ਜਿਹੜਾ ਹੈ ਨਾ ਅਤੇ ਤੁਹਾਡਾ ਹੈਗਾ ਲਵ ਹੇਟ ਰਿਲੇਸ਼ਨਸ਼ਿਪ ਹੈ ਨਾ ਜਿਹੜਾ ਹੈ ਵੀ ਅਤੇ ਨਹੀਂ ਵੀ ਉਹ ਕੈਮਿਸਟਰੀ ਨਾ ਬੜੀ ਲਾਈਕ ਬਹੁਤ ਲੋਕ ਕਰੈਕ ਨਹੀਂ ਕਰ ਪਾਉਂਦੇ ਹੈ ਨਾ ਬਟ ਉਹ ਤੁਹਾਡੀ ਕਿਤੇ ਨਾ ਕਿਤੇ ਨਾ ਉਹ ਸ਼ੁਰੂ ਤੋਂ ਹੀ ਜਿੱਦਾਂ ਹੀ ਤੁਸੀਂ ਓਪਨ ਕਰਦੇ ਹੋ ਨਾ ਸੀਨ ਜਿੰਨੇ ਕੁ ਅਸੀਂ ਦੇਖੇ ਉੱਥੋਂ ਦਿਖਦੀ ਆ ਅਤੇ ਮੈਂ ਜਾਣਨਾ ਚਾਹੂੰਗਾ ਤੁਹਾਡੇ ਕੈਰੇਕਟਰ ਦੀ ਬਰੀਫਿੰਗ ਕੀ ਸੀ ਤੁਹਾਨੂੰ ਕਦੋਂ ਲੱਗਾ ਕਿ ਹਾਂ ਯਾਰ ਇਹ ਰਿਲੇਸ਼ਨ ਐਵੇਂ ਮੇਨਟੇਨ ਹੋਏਗਾ
आई थिंक मतलब कोई स्पेसिफिक थिंग नहीं सी जो सानूं कही गई है कि कैरेक्टर्स इदां होणगे ते मतलब सैपरेटली इदां होणगे ते इकट्ठे इन्हां दी इदां कैमिस्ट्री होगी. आई थिंक उस स्टोरी दे बेस ते जां स्टोरी दे अकॉर्डिंग ही बणेंगे. एंड प्लस जदों हुण मतलब आई थिंक ट्रेलर जदों कंबाइन होया ते ओह इदां शो हो रहा, पर जे तुसीं फिल्म देखोगे तां फिल्म जिद्दां दा उहदा ट्रैक आ तां तुसीं आप मतलब काफ़ी जर्नी दोनों की फॉलो कर सकते हो ते रियलाइज कर सकते हैं क्यों इन्हां दे हेट आ, क्यों इन्हां दा लव आ एक पॉइंट ते, फ्रेंडशिप भी आ, किन्ना कुछ है मिक्सड आ. सो देयर इज़ नथिंग, एक स्पेसिफिक चीज़ नहीं हैगी, बट हाँ जी तुसीं जो ट्रेलर देखोगे तो तुसीं नोटिस करोगे कि एक जर्नी आ, ਦੋਨਾਂ ਦੀ ਸੈਪਰੇਟ ਜਰਨੀ ਹੈ ਅਤੇ ਉਹ ਇਕੱਠੇ ਆਉਂਦੇ ਆ ਅਤੇ ਉਹਨਾਂ ਨਾਲ ਹੁੰਦਾ ਕੀ ਆ. ਆਪਾਂ ਨਾ ਟ੍ਰੇਲਰ 'ਚ ਗੁਰਨਾਮੇਰੇ ਦੇਖਦੇ ਹਾਂ ਆਰਟਿਸਟ ਦੀ ਜ਼ਿੰਦਗੀ ਦਾ ਦਰਦ. ਅਕੋਰਡਿੰਗ ਟੂ ਯੂ ਤੁਸੀਂ ਸਿੰਗਰ ਰਹੇ ਹੋ, ਹੈ ਨਾ, ਆਰਟਿਸਟ ਹੋ, ਤੁਸੀਂ ਲਿਖਿਆ ਵੀ ਹੈ, ਹਰ ਚੀਜ਼ ਤੁਸੀਂ ਕੀਤੀ ਹੈ, ਆਰਟਿਸਟ ਦੀ ਜ਼ਿੰਦਗੀ ਦਾ ਦਰਦ ਕਿੰਨਾ ਜ਼ਰੂਰੀ ਹੈ? ਜੇ ਖੁਸ਼ੀ ਤੁਹਾਡੀ ਦਵਾਈ ਹੈ ਤਾਂ ਮੈਨੂੰ ਲੱਗਦਾ ਕਿ ਦਰਦ ਵੀ ਤੁਹਾਡੀ ਦਵਾਈ ਹੈ. ਯਾਰ ਓਕੇ दिल टुटिया होगा, ऑफकोर्स सारे का टुटता है ना, टुटे दिल का टाइम आर्टिस्टिक चीजा निकलिया सी बार. हाँ मैनू मैनू मैं लिखना ही उदो शुरू किया, मैं चंगा लिखना मैं लगता मेरे दिल टुटन तो बाद किया. मैं लिखता सी पहला बहुत कच्चा कच्चा जहा लिखता सी, फिर वाकई गूढ़ा लिखना, गूढ़ा पढ़ना, गूढ़ा सोचना मैं उस तो बाद शुरू किया. तो कभी वह होया कि जस्ट लाइक आफ्टर द हार्ट ब्रेक तुम कमरे च अपने आप बंद करके उदा रोए हो? मैं बहुत ही शांत बंदा आपकी लाइफ च, मैं रौला उदो ही पाउना जो मैं हसदा ते जो मैं खप मारदा, मैं फन करदा. अदरवाइज मैं ना गुस्से च रौला पावा ना मैं गम च रौला पावा, मैं चुप कर जाना. कि मैं बहुत गुस्से तो मैं चुप कर जाना बस, मैं आपदे आई. और ऐसा कुछ मेरे नाल ऐसी ट्रेजेडी को ऐसा कुछ होया नहीं, जेन्युइनली असी चाहने भी नहीं कभी होवे. ते टचवुड में बहुत ब्लेस्ड रहे. रूपी हार्ट ब्रेक होया तोड़े तो बथेरे थे. नहीं मेरा भी दिल तोड़ा है. इट्स ओके, दिल भी तोड़े गल भी तोड़ी है. और वो टेक सच्ची है, वो सच्ची टेक सच्ची है, सच्ची टेक सी का जान भी टूट गया नहीं सी अंदरों निकल आंदी ता. सीरियसली ते आई नहीं अकल डाले तक. ਅਕਲ ਦਾਣ ਮੇਰੇ ਹਰ 6 ਮਹੀਨੇ ਬਾਅਦ ਥੋੜੀ ਜਿਹੀ ਆਉਂਦੀ ਹੈ. ਸੀਰੀਅਸਲੀ? ਹਾਂਜੀ. ਓ ਵਾਓ, ਮੈਨੂੰ ਪਤਾ ਨਹੀਂ ਮੇਰੀ ਆਈ ਵੀ ਕਿ ਨਹੀਂ, ਪਰ ਹਾਂ ਮੈਨੂੰ ਮਹਿਸੂਸ ਹੀ ਨਹੀਂ ਹੋਈ ਕਦੇ. ਤੁਹਾਨੂੰ ਪੇਨ ਨਹੀਂ ਫੀਲ ਹੋਈ? ਮੈਂ ਕਦੇ ਵੀ ਨਹੀਂ ਹੋਇਆ, ਕੁਝ ਆਇਆ ਹੀ ਨਹੀਂ, ਮੈਨੂੰ ਫੀਲ ਹੀ ਜਾਈ ਨਹੀਂ. ਮੇਰਾ ਕਨੈਕਸ਼ਨ ਹੋਰ ਵੀ ਬਹੁਤ ਗੱਲਾਂ ਨਾਲ ਹੁੰਦਾ. ਅੱਛਾ, ਬਿਹਾਈਂਡ ਦਾ ਕੈਮਰਾ ਜ਼ਰੂਰ ਡਿਸਕਸ ਕਰਾਂਗੇ ਕੀ ਹੁੰਦਾ ਉਹ ਕਨੈਕਸ਼ਨ. ਦੱਸੂਗਾ ਤੁਹਾਨੂੰ, ਬੜੇ ਵਧੀਆ ਫੈਕਟ ਆ. ਅੱਛਾ, ਕੈਮਰਾ ਦੱਸਣ ਵਾਲਾ ਹੈਗਾ? ਨਹੀਂ ਕੈਮਰਾ. ਅੱਛਾ ਫੇਰ ਠੀਕ ਆ. ਤੇ ਰੂਪੀ ਦੱਸੋ ਨਾ ਕੀ ਉਸ, ਯੈਸ ਰੀਅਲ ਸੀਗੀ ਚਪੇੜ. ਮੈਂ ਪੁੱਛਿਆ ਵੀ ਗੁਰਨਾਮ ਨੂੰ, ਮੈਂ ਕਿਹਾ ਕਿੰਨੇ ਟੇਕ ਹੋਏ? ਇੱਕ ਟੇਕ ਹੀ ਹੋ ਗਿਆ ਸੀ? ਟੇਕ ਤਾਂ ਨਹੀਂ ਜ਼ਿਆਦਾ ਹੋਏ, ਇੱਕ ਹੀ ਹੋਇਆ. ਮੈਨੂੰ ਲੱਗਦਾ ਇੱਕੋ ਹੀ ਹੋਇਆ ਰੀਅਲ ਵਾਲਾ, ਟੇਕ ਦੇ ਵਿੱਚ ਹੀ ਆ ਗਿਆ ਸੀ. ਤਾਂ ਮੈਨੂੰ ਯਾਦ ਹੈ, ਮੈਨੂੰ ਹਜੇ ਵੀ ਫੀਲਿੰਗ ਪਤਾ ਆਪਦੇ ਹੈਂਡ ਦੀ, ਕਿਉਂਕਿ ਬਹੁਤ ਉਹ ਬਰਨਿੰਗ. ਮੈਨੂੰ ਕਹਿ ਰਹੀ ਸੀ ਕਿ ਮੈਂ ਮਾਰੂੰਗੀ ਨਹੀਂ, ਮੈਂ ਐਂ ਲੰਘਾ ਦੂੰਗੀ. ਮੈਂ ਕਿਹਾ ਯਾਰ ਨਹੀਂ, ਉਸ ਤੋਂ ਬਾਅਦ ਨਾ ਮੇਰਾ ਇੱਕ ਇਮੋਸ਼ਨ ਹੈ. ਹਾਂ ਇੱਕ ਇਮੋਸ਼ਨ, ਉਹ ਨਿਕਲਣਾ ਨਹੀਂ. ਮੈਂ ਕਿਹਾ ਯਾਰ ਉਹ ਮੈਂ ਬਹੁਤ ਵਧੀਆ ਫੀਲ ਕਰੂੰਗਾ, ਤੂੰ ਮਾਰ ਦੀ ਮੇਰੇ. ਇਹ ਕਹਿੰਦੀ ਤੁਸੀਂ ਸ਼ੋਰ ਆ? ਫਿਰ ਇਹਨੇ ਬਹੁਤ ਟਕਾ ਕੇ ਮਾਰਿਆ. ਇਸ ਵਿੱਚ ਨਾ ਇੱਕ ਚੀਜ਼ ਨਾ ਬਹੁਤ ਬਹੁਤ ਪੁਆਇੰਟ ਆ, ਆਡੀਅੰਸ ਦੇ ਨਾਲ ਇੱਕ ਆਰਟਿਸਟ ਦਾ ਕਨੈਕਸ਼ਨ ਹੈ ਨਾ. ਗੁਰਨਾਮ ਦਾ ਕਨੈਕਸ਼ਨ ਗਰੋ ਹੋਇਆ, ਗੁਰਨਾਮ ਨੇ ਬੈਡ ਫੇਸ ਵੀ ਦੇਖੇ ਨੇ, ਹੈ ਨਾ, ਜਿਹਨੂੰ ਕਹਿੰਦੇ ਆ ਨਾ ਕਿ ਫਰੀ ਦੀ ਟ੍ਰੋਲਿੰਗ, ਲੋਕ ਮਗਰ ਪੈ ਗਏ, ਹੈ ਨਾ. ਤਾਂ ਆਈ ਜਸਟ ਵਾਂਟ ਟੂ ਨੋ ਕਿ ਉਸ ਟਾਈਮ ਕੀ ਚੱਲਦਾ ਹੁੰਦਾ ਯਾਰ, ਲਾਈਕ ਕਿਉਂਕਿ ਇੱਕ ਹਿੱਟ ਸਿੰਗਰ, ਰਾਈਟ, ਲਾਈਕ ਜਿਹਦੇ ਗਾਣੇ ਹਿੱਟ ਨੇ, ਫਿਲਮਾਂ ਹਿੱਟ ਨੇ, ਐਂਡ ਸਡਨਲੀ ਐਸੇ ਦੌਰ ਆਉਂਦਾ ਯਾਰ ਮੈਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ, ਹੈ ਨਾ. ਉਹ ਮੈਂ ਜਾਣਨਾ ਚਾਹੁੰਦਾ ਉਸ ਟਾਈਮ ਕਿਵੇਂ ਨਿਕਲਦਾ. ਹੁਣ ਤਾਂ ਆਪਾਂ ਹੱਸ ਰਹੇ ਹਾਂ, ਮੈਨੂੰ ਹਜੇ ਵੀ ਯਾਦ ਹੈ ਜਦ ਉਹ ਫੇਸ ਚੱਲਦਾ ਸੀ, ਆਪਾਂ ਕਦੇ ਮਿਲੇ ਵੀ ਸੀਗੇ, ਸਾਨੂੰ ਲੱਗਦਾ ਸੀਗਾ ਯਾਰ ਇਹ ਬੁਰੀ ਚੀਜ਼ ਆ. ਉਸ ਟਾਈਮ ਆਰਟਿਸਟ ਦੇ ਦਿਮਾਗ 'ਚ ਕੀ ਚੱਲਦਾ ਆ? ਯਾਰ ਮੈਨੂੰ ਤਾਂ ਹੁਣ ਹਾਸਾ ਆਉਂਦਾ ਆਪਣੇ ਸੋਚ 'ਤੇ ਵੀ ਕਿ ਯਾਰ ਮੈਂ ਕਿਹੜੀ ਚੀਜ਼ ਦੀ ਟੈਨਸ਼ਨ ਲੈ ਰਿਹਾ ਸੀ, ਹੈ ਨਾ. ਮੈਨੂੰ ਐਂ ਲੱਗਦਾ ਜੈਨੂਅਲੀ, ਮੇਰਾ ਇਹ ਮੰਨਣਾ ਕਿ ਜਿਸ ਦਿਨ ਮੈਨੂੰ ਕਿਸੇ ਚੀਜ਼ ਨੇ ਹਰਾਇਆ ਨਾ ਤਾਂ ਉਹ ਮੈਂ ਹੀ ਹੋਊਗਾ, ਕਿ ਮੇਰਾ ਕੰਮ ਹੀ ਹਰਾਊਗਾ ਮੈਨੂੰ ਜਾਂ ਜਿਤਾਊਗਾ. ਮਤਲਬ ਮੈਨੂੰ ਕੋਈ ਟ੍ਰੋਲਿੰਗ ਨਹੀਂ ਹਰਾ ਸਕਦੀ. ਕਿਆ ਬਾਤ, ਕਿ ਮੈਂ ਚੰਗਾ ਕੰਮ ਕਰ ਰਿਹਾ, ਮੈਂ ਚੰਗੇ ਗਾਣੇ ਬਣਾ ਰਿਹਾ, ਮੈਂ ਸਟੂਡੀਓ 'ਚ ਟਾਈਮ ਸਪੈਂਡ, ਮੈਨੂੰ ਪਤਾ ਵੀ ਮੈਂ 16-16 ਘੰਟੇ ਕੰਮ ਕਰਦਾ, 17-17 ਘੰਟੇ. ਕਈ ਵਾਰੀ ਅਸੀਂ ਸੌਂਦੇ ਨਹੀਂ, ਮਤਲਬ ਇੰਨਾ. ਬਸ ਜਿੱਦਣ ਕਿਤੇ ਮੈਨੂੰ ਡਿਫੀਟ ਕੀਤਾ ਤਾਂ ਉਹ ਜਿੱਦਣ ਮੈਂ ਵਧੀਆ ਕੰਮ ਨਹੀਂ ਕਰੂੰਗਾ ਉਹ ਮੇਰਾ ਬੈਡ ਡੇ ਹੋਊ. ਓਕੇ, ਮੈਂ ਨਹੀਂ ਦੇ ਰਿਹਾ ਇੰਟਰਵਿਊ ਯਾਰ.
ਨਹੀਂ ਬਟ ਸੱਚੀ ਅੱਜ ਗੱਲਾਂ ਹੀ ਬੜੀਆਂ ਨਿਕਲ ਰਹੀਆਂ ਅੱਜ ਤੁਹਾਡੀਆਂ ਗੱਲਾਂ ਮੈਂ ਕਸਮ ਤੇ ਕਹਿ ਰਿਹਾ ਮਤਲਬ ਮੈਡਮ ਇੱਕ ਫੋਟੋ ਹਾਂ ਮੈਡਮ ਫੋਟੋ ਮੈਡਮ ਫੋਟੋ ਮੈਡਮ ਫੋਟੋ ਲੈਟਸ ਟੇਕ ਵਨ ਪਿਕਚਰ ਹੈ ਨਾ ਹੈਨਾ ਮੈਨੂੰ ਪਤਾ ਸੱਚੀ ਸਾਹ ਚੜਾਤਾ ਤੁਸੀਂ ਦੋਨਾਂ ਨੇ ਪਹਿਲੀ ਵੀ ਨਰਵਸ ਹੋਇਆ ਮੈਂ ਪਤਾ ਨਹੀਂ ਬਟ ਐਕਚੁਅਲੀ ਇੰਨੀ ਚੰਗੀ ਗੱਲਾਂ ਕਹਿ ਰਹੇ ਹੋ ਅੱਛਾ ਇਹ ਨਾ ਟੈਟੂ ਦਾ ਜ਼ਿਕਰ ਜਿਹੜਾ ਐਂਡ 'ਚ ਲਾਈਨਾਂ ਬੜੀਆਂ ਖੂਬਸੂਰਤ ਹੈ ਮੈਂ ਟ੍ਰੇਲਰ ਕਹਿ ਰਿਹਾ ਮੈਂ ਤਿੰਨ ਵਾਰ ਦੇਖਿਆ ਉਹ ਤੋਂ ਬਾਅਦ ਮੇਰੇ ਦਿਮਾਗ ਸਿਰਫ ਉਹੀ ਲਾਈਨਾਂ ਰਹੀਆਂ ਉਹ ਟੈਟੂ ਵਾਲੀ ਗੱਲ ਰਹੀ ਕਦੇ ਟੈਟੂ ਕਰਾਇਆ ਕਿਸੇ ਲਈ ਸੱਚੀ ਦੱਸਿਓ ਮੈਂ ਹਾਂ ਕਿਸੇ ਲਈ ਊਂ ਟੈਟੂ ਕਰਾਇਆ ਹੈਗਾ ਟੈਟੂ ਤੁਸੀਂ ਨਹੀਂ ਮੈਂ ਨਹੀਂ ਕਰਾਇਆ ਕਦੇ ਨਹੀਂ ਹਾਂ ਸੱਚੀ ਸੱਚੀ ਨਹੀਂ ਮੇਰੇ ਤੁਸੀਂ ਦੇਖ ਸਕਦੇ ਹੋ ਉਹ ਕਈ ਦਿਖਦੇ ਨਹੀਂ ਨਾ ਖਿਡਾਰੀ ਲਈ ਵੀ ਬਹੁਤ ਕੰਮ ਕੀਤਾ ਇਹ ਬੰਦੇ ਨੇ ਵੀ ਟ੍ਰਾਂਸਫਾਰਮੇਸ਼ਨ ਬਹੁਤ ਕਰਨੀਆਂ ਨੇ ਹਨਾ ਤੇ ਰੂਪੀ ਖਿਡਾਰੀ ਲਈ ਆਮ ਵੈਰੀ ਐਕਸਾਈਟਡ ਆਮ ਵੈਰੀ ਫਾਈਨਲੀ ਮੈਨੂੰ ਗੱਲ ਪ੍ਰੋਡਿਊਸਰ ਦਾ ਫੋਨ ਆਇਆ ਉਸ ਤੋਂ ਪਹਿਲਾਂ ਪਰਿੰਦਾ ਪਾ ਰਿਹਾ ਉਹਦੀ ਵੀ ਡੇਟ ਅਨਾਉਂਸ ਹੋ ਰਹੀ ਹੈ ਤੇ ਆਮ ਵੈਰੀ ਹੈਪੀ ਫੋਰ ਆਮ ਵੈਰੀ ਐਕਸਾਈਟਡ ਵੈਸੇ ਇੱਕ ਗੱਲ ਹੈਗੀ ਹੈ ਰੂਪੀ ਕੰਮ ਘੱਟ ਕਿਉਂ ਕਰਦੇ ਹੋ ਤੁਸੀਂ ਇੰਨੀਆਂ ਫਿਲਮਾਂ ਬਣਦੀਆਂ ਨੇ ਵਾਈ ਆਰ ਯੂ ਲੈਸ ਸੀਨ ਔਨ ਸਕਰੀਨ ਵਾਈ ਆਈ ਥਿੰਕ ਮੈਂ ਥੋੜਾ ਜਿਹਾ ਬਸ ਚੂਜ਼ੀ ਆ ਕੰਮ ਨੂੰ ਲੈ ਕੇ ਦੈਟਸ ਆਲ ਇੰਨਾ ਵੀ ਨਹੀਂ ਚੂਜ਼ੀ ਹੋਣਾ ਚਾਹੀਦਾ ਐਂਡ ਵਾਈ ਡੋਨਟ ਯੂ ਕਮ ਟੂ ਅਸ ਟੂ ਡੂ ਇੰਟਰਵਿਊਜ਼ ਤੁਸੀਂ ਆਉਂਦੇ ਕਿਉਂ ਨਹੀਂ ਦੱਸੋ ਅੱਜ ਆ ਗਿਆ ਦੇਖੋ ਅੱਜ ਨਹੀਂ ਯਾਰ ਬਹੁਤ ਮੈਂ ਕਿਉਂਕਿ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਬਹੁਤ ਲੋਕ ਕਹਿੰਦੇ ਨੇ ਇੰਟਰਵਿਊਜ਼ ਦੇ ਵਿੱਚ ਲਾਈਕ ਕੀ ਉਹਦਾ ਹੁੰਦਾ ਹੈ ਜਦ ਭਾਜੀ ਤੁਹਾਨੂੰ ਯਾਰ ਹੋਵੇ ਗੁਨਾ ਮੇਰੇ ਜਦ ਵੀ ਕੋਈ ਵਧੀਆ ਪਰਫੋਰਮੈਂਸ ਹੁੰਦੀ ਹੈ ਉਹ ਤੋਂ ਅਗਲੇ ਇੰਟਰਵਿਊ 'ਚ ਅਸੀਂ ਉਹਨੂੰ ਡਿਸਕਸ ਕਰਦੇ ਹਾਂ ਨਾ ਤਾਂ ਮੈਨੂੰ ਲੱਗਦਾ ਉਹਦੀ ਮਿਹਨਤ ਹੈ ਨਾ ਜਦ ਪਰਫੋਰਮੈਂਸ ਹੋ ਜਾਂਦੀ ਹੈ ਉਹਨੂੰ ਡਿਸਕਸ ਕਰਨ ਦਾ ਜਿਹੜਾ ਸਵਾਦ ਹੈ ਨਾ ਉਹ ਵੱਖਰਾ ਹੈ ਔਰ ਤੁਸੀਂ ਆਲਰੇਡੀ ਐਸੀਆਂ ਪਰਫੋਰਮੈਂਸਿਸ ਦੇ ਚੁੱਕੇ ਹੋ ਲਾਈਏ ਯਾਰੀਆਂ ਹੋ ਜਾਵੇ ਚਾਹੇ ਅਸ਼ਕੇ ਹੋ ਜਾਵੇ ਸਾਰਿਆਂ 'ਚ ਐਸੀਆਂ ਪਰਫੋਰਮੈਂਸਿਸ ਤੁਸੀਂ ਦੇ ਚੁੱਕੇ ਹੋ ਕਿ ਅਸੀਂ ਕਹਿੰਦੇ ਹਾਂ ਕਿ ਯਾਰ ਮਜ਼ਾ ਆਇਆ ਤੇ ਇਸ ਕੁੜੀ ਨਾਲ ਗੱਲ ਕਰਨੀ ਹੈ ਤਾਂ ਹੁਣ ਲਾਂਬਾ ਤਾਰ ਦਿਓ ਕਿ ਆਉਂਦੇ ਰਿਹਾ ਕਰੋਗੇ ਪ੍ਰੋਮਿਸ ਪੱਕਾ ਰੂਪੀ ਹੁਣ ਰਗਾ ਮੈਂ ਪ੍ਰੋਮਿਸ ਕਰਦਾ ਰੂਪੀ ਦੇ ਹਫਤੇ ਰੂਪੀ ਲਗਾਤਾਰ ਫਿਲਮਾਂ ਕਰੂਗੀ ਲਗਾਤਾਰ ਤੁਹਾਡੇ ਨਾਲ ਇੰਟਰੈਕਟ ਕਰੂਗੀ ਔਰ ਬਾਖੂਬੀ ਪ੍ਰਮੋਸ਼ਨਸ ਵੀ ਕਰੂਗੀ ਬਿਲਕੁਲ ਆਰਟਿਸਟਾਂ ਦੀ ਜ਼ਿੰਦਗੀ ਦੇ ਵਿੱਚ ਨਾ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ ਉਹ ਹੈ ਸਕਸੈਸ ਮੈਨੂੰ ਇਹ ਦੱਸੋ ਸਕਸੈਸ ਨੂੰ ਸਾਹਮਣਾ ਕਿੰਨਾ ਕੁ ਮੁਸ਼ਕਿਲ ਆ ਮੈਨੂੰ ਨਾ ਐਕਚੁਅਲੀ ਕਿਸੇ ਨੇ ਰੀਸੈਂਟਲੀ ਇਹ ਗੱਲ ਕਹੀ ਕਿ ਸਕਸੈਸ ਮਿਲਣਾ ਬਹੁਤ ਈਜ਼ੀ ਆ ਫੇਮਸ ਹੋਣਾ ਬਹੁਤ ਈਜ਼ੀ ਆ ਪਰ ਉਹਦੇ ਲਈ ਤੁਹਾਨੂੰ ਡਾਈਜੈਸਟਿਵ ਸਿਸਟਮ ਬੜਾ ਉਹ ਚਾਹੀਦਾ ਆ ਅਤੇ ਉਹਨੂੰ ਡਾਈਜੈਸਟ ਕਰਨਾ ਬੜਾ ਔਖਾ ਆ ਤਾਂ ਉਹਦੇ ਲਈ ਸਟਰੋਂਗ ਡਾਈਜੈਸਟਿਵ ਸਿਸਟਮ ਚਾਹੀਦਾ ਤੁਹਾਨੂੰ ਪਰ ਇਹ ਗੱਲ ਨਾ ਮੈਂ ਇਹਦਾ ਜਵਾਬ ਮੇਰੇ ਕੋਲ ਹੈਗਾ ਪਰ ਕਈ ਵਾਰੀ ਤੁਹਾਨੂੰ ਜੈਲ ਨਹੀਂ ਕਰਦਾ ਆਨਸਰ ਕਿ ਯਾਰ ਐਂ ਹੀ ਬੋਲਦਾ ਨਹੀਂ ਨਹੀਂ ਬੋਲਦਾ ਪਰ ਨਾ ਮੇਰੇ ਮਾਇੰਡ 'ਚ ਜਿਹੜਾ ਗੁਰਨਾਮ ਭੁੱਲਰ ਮੈਂ ਬਣਾਇਆ ਹੋਇਆ ਨਾ ਜਿਹੜਾ ਮੈਂ ਬਣਨਾ ਮੈਨੂੰ ਆਹ ਕੁਛ ਵੀ ਨਹੀਂ ਲੱਗਦਾ ਉਹਦੇ ਲਈ ਮਤਲਬ ਮੈਨੂੰ ਜਿਵੇਂ ਲੇਖ ਦੀ ਸਾਰਿਆਂ ਨੇ ਕਿਹਾ ਯਾਰ ਇਸ ਇਟਸ ਦਾ ਵਨ ਆਫ ਦਾ ਹਾਈਐਸਟ ਓਪਨਿੰਗ ਆਫ ਦਾ ਈਅਰ ਆ ਪਰ ਮੈਨੂੰ ਲੱਗਿਆ ਕਿ ਯਾਰ ਮੈਂ ਤਾਂ ਮੇਰਾ ਟਾਰਗੇਟ ਤਾਂ ਬਹੁਤ ਵੱਡਾ ਹੈ ਸ਼ਾਇਦ ਮੇਰੇ ਦਿਮਾਗ 'ਤੇ ਮੈਨੂੰ ਕਦੀ ਨਹੀਂ ਲੱਗਿਆ ਕਿ ਮੈਂ ਕੁਛ ਬਹੁਤ ਵੱਡਾ ਕਰੈਕ ਕਰ ਲਿਆ ਕਿ ਹਮੇਸ਼ਾ ਇਹ ਲੱਗਦਾ ਕਿ ਯਾਰ ਇਟਸ ਜਸਟ ਬਿਗਨਿੰਗ ਇਟਸ ਜਸਟ ਬਿਗਨਿੰਗ ਹੰਬਲ ਰਹਿਣਾ ਉਸ ਚੀਜ਼ ਨੂੰ ਲੈ ਕੇ ਹੈ ਨਾ ਵੀ ਮੇਰੀ ਜੇ ਮੈਂ ਹੰਬਲ ਲੱਗਦਾ ਸ਼ਾਇਦ ਇਹ ਨਹੀਂ ਕਈਆਂ ਨੂੰ ਨਹੀਂ ਵੀ ਲੱਗਦਾ ਹੋਊਗਾ ਕਿ ਕਿਉਂਕਿ ਹਰ ਬੰਦਾ ਤੁਹਾਨੂੰ ਪਰਸਨਲੀ ਨਹੀਂ ਜਾਣਦਾ ਹੈ ਨਾ ਮੈਨੂੰ ਪਰਸਨਲੀ ਤਾਂ ਮੇਰੇ ਉਹੀ ਲੋਕ ਜਾਣਦੇ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਜਾਂ ਤੁਸੀਂ ਮਿਲਦੇ ਰਹਿੰਦੇ ਹੋ ਜਾਂ ਜਿਹੜੇ ਮੇਰੇ ਨਾਲ ਰਹਿੰਦੇ ਆ ਹਰ ਬੰਦਾ ਤੋਂ ਮੈਂ ਜਾਣ ਵੀ ਨਹੀਂ ਸਕਦਾ ਹਰ ਬੰਦਾ ਕਿਆ ਫੀਲ ਆਉਂਦਾ ਹੈ ਕਿ ਜੇ ਮੈਂ ਕਈ ਵਾਰੀ ਮੈਂ ਖੁਸ਼ੀ ਦੇ ਮੂਡ 'ਚ ਹਾਂ ਤਾਂ ਮੈਂ ਸਮਾਈਲ ਕਰਦੀ ਅਗਲਾ ਕਹਿੰਦਾ ਯਾਰ ਬੰਦਾ ਬਹੁਤ ਵਧੀਆ ਜੇ ਕਈ ਵਾਰੀ ਕਿਸੇ ਨੇ ਹੈਲੋ ਕੀਤੀ ਤਾਂ ਮੈਂ ਉਹਦੀ ਹੈਲੋ ਦਾ ਗੁੱਡ ਰਿਸਪੋਂਸ ਨਹੀਂ ਕੀਤਾ ਅਗਲਾ ਲੱਗਦਾ ਬੰਦਾ ਐਰੋਗੈਂਟ ਹੈ ਬਟ ਪਰਸਨਲੀ ਮੈਨੂੰ ਐਂ ਲੱਗਦਾ ਕਿ ਟਾਰਗੇਟ ਵੱਡਾ ਹੋਵੇ ਤਾਂ ਤੁਹਾਨੂੰ ਫਿਰ ਸਕਸੈਸ ਛੋਟੀ ਲੱਗਦੀ ਹੈ ਇੱਕ ਨਾ ਹੋਰ ਚੀਜ਼ ਰੂਪੀ ਬੜੀ ਇੰਪੋਰਟੈਂਟ ਆ ਅਤੇ ਤੁਹਾਨੂੰ ਦੋਨਾਂ ਨੂੰ ਲੱਗੂਗੀ ਮੈਨੂੰ ਲੱਗਦਾ ਸਕਸੈਸ ਤੋਂ ਵੱਧ ਨਾ ਇੱਕ ਚੀਜ਼ ਹੁੰਦੀ ਹੈ ਦੂਸਰੇ ਦੀ ਸਕਸੈਸ ਨੂੰ ਹਜ਼ਮ ਕਰਨਾ ਹੈ ਨਾ ਇਹ ਕਿੰਨਾ ਕੁ ਜ਼ਰੂਰੀ ਮੰਨਦੇ ਹੋ ਕਿਉਂਕਿ ਬਹੁਤ ਵਾਰ ਨਾ ਸਾਡੇ ਹੱਥ ਦੇ ਵਿੱਚ ਭਾਵੇਂ 100 ਰੁਪਇਆ ਹੋਵੇ ਹੈ ਨਾ ਲੇਕਿਨ ਸਾਨੂੰ ਦੂਹੇ ਦੇ ਹੱਥ ਦੇ ਵਿੱਚ ਨਾ 50 ਵੀ ਦੁਖਣ ਲੱਗ ਜਾਂਦਾ ਦੂਸਰੇ ਦੀ ਸਕਸੈਸ ਨੂੰ ਹਜ਼ਮ ਕਰਨਾ ਇੱਕ ਆਰਟਿਸਟ ਲਈ ਕਿੰਨਾ ਕੁ ਜ਼ਰੂਰੀ ਲੱਗਦਾ ਕੰਮ ਬਹੁਤ ਜ਼ਰੂਰੀ ਹੈ ਹਾਂ ਇਹ ਤਾਂ ਯਾਰ ਪਰ ਇਸ ਚੀਜ਼ 'ਚ ਜੇ ਤੁਸੀਂ ਮੰਨੋ ਮੈਂ ਬਹੁਤ ਵੱਡਾ ਸਾਰਿਆਂ ਨੂੰ ਪਤਾ ਕਿ ਮੈਂ ਡੈਸਟੀਨੀ 'ਚ ਬਹੁਤ ਬਿਲੀਵ ਕਰਦਾ ਔਰ ਮੈਂ ਡੇ 1 ਤੋਂ ਕਰਦਾ ਜਦ ਤੱਕ ਮੈਂ ਕੁਛ ਵੀ ਨਹੀਂ ਸੀ ਉਹ ਤੋਂ ਕਰਦਾ ਤਾਂ ਮੈਨੂੰ ਲੱਗਦਾ ਕਿ ਇਹ ਤਾਂ ਜਿਹਦਾ ਜਿੰਨਾ ਉਹਦਾ ਉਹਦਾ ਓਨਾ ਹੀ ਹੈ ਵੀ ਕਿਸੇ ਕੋਲ 200 ਆ ਤਾਂ ਕੋਈ ਫਰਕ ਨਹੀਂ ਪੈਂਦਾ ਮੇਰਾ ਜਿੰਨਾ ਮੇਰੇ ਕੋਲ ਹੀ ਆਉਣਾ ਤਾਂ ਕੋਈ ਤਾਂ ਲੈ ਹੀ ਨਹੀਂ ਸਕਦਾ ਕਿਹਾ ਜਾਂਦਾ ਨਾ ਐਕਚੁਅਲੀ ਯੂਨੀਵਰਸਲੀ ਕਿ ਕੁੜੀਆਂ 'ਚ ਜੇ ਫੈਕਟਰ ਜ਼ਿਆਦਾ ਹੁੰਦਾ ਜੈਲਸੀ ਫੈਕਟਰ ਹੈ ਨਾ ਵਟ ਡੂ ਯੂ ਥਿੰਕ ਕਿ ਇਹਨੂੰ ਨਹੀਂ ਨਹੀਂ ਇਟਸ ਇਟਸ ਵੈਸੇ ਯੂਨੀਵਰਸਲੀ ਸੈਡ ਇੱਦਾਂ ਤਾਂ ਮੈਂ ਸੱਚ ਕਹਾਂ ਮੁੰਡੇ 'ਚ ਬਹੁਤ ਜ਼ਿਆਦਾ ਹੁੰਦਾ ਉਹ ਦੱਸਦੇ ਨਹੀਂ ਉਹ ਸਿਰਫ ਉਹ ਦਬਾ ਜਾਂਦੇ ਨੇ ਹੈ ਨਾ ਤਾਂ ਆਹ ਚੀਜ਼ ਜਿਹੜਾ ਹੈਗਾ ਜੈਲਸੀ ਫੈਕਟਰ ਜਿਹੜਾ ਹੈਗਾ ਉਹ ਕਈ ਆਰਟਿਸਟਾਂ ਨੂੰ ਖਤਮ ਕਰ ਗਿਆ ਹੈ ਨਾ ਉਹਦੀ ਇੰਪੋਰਟੈਂਸ ਕਿਵੇਂ ਦੇਖਦੇ ਹੋ ਕਿ ਕਿਵੇਂ ਉਸ ਨੂੰ ਉਸ ਤੋਂ ਬਚਣਾ ਜ਼ਰੂਰੀ ਹੈ ਬਿਕੋਜ਼ ਮੈਂ ਤੁਹਾਨੂੰ ਦੇਖਿਆ ਯੂ ਆਰ ਡੂਇੰਗ ਵਰਕ ਜਿਹੜਾ ਤੁਹਾਨੂੰ ਚੰਗਾ ਲੱਗਦਾ ਕਰਨਾ ਨਹੀਂ ਹੈਗਾ ਇਹ ਨਾ ਮੈਂ ਦੌੜ 'ਚ ਨਹੀਂ ਦੇਖਿਆ ਬਟ ਤੁਹਾਡੇ ਜਿਹੜੇ ਲੋਕਾਂ ਨੇ ਤੁਹਾਡੀ ਪਰਫੋਰਮੈਂਸ ਦੇਖੀ ਉਹਨੂੰ ਤੁਹਾਨੂੰ ਬਹੁਤ ਦੇਖਣਾ ਚਾਹੁੰਦੇ ਨੇ ਤਾਂ ਇਹ ਫੈਕਟਰਸ ਕਿਵੇਂ ਬੈਲੈਂਸ ਹੋ ਰਹੇ ਨੇ ਆਈ ਥਿੰਕ
मैं मेरा मतलब करैक्टर ही नहीं हैगा कि मैं मतलब वो जेलसी रखा। आई थिंक वो बहुत सेल्फिश चीज़ होगी जो मैंने लगेगा कि ये बंदा ये कर रहा मैं नहीं कर रही। जो मैं ओवरऑल मतलब पंजाबी सिनेमा लिए सोचा तो ऑडियंस लिए सोचा तो जो वो कर रहे हो बहुत वधिया चीज़ है। वो सेल्फिश हो जो मैं कहूँगी कि वो क्यों कर रहा तो मैं भी करना चाहिए तो मैं मतलब धक्के ना कर ला जी चीज़ा बेनीफिट भी नहीं कर दी होनगियाँ पंजाबी सिनेमा। सो जो मैं ओवरऑल सोचूंगी ऑडियंस लिए जो मैं एक्चुअली जेन्यूनली सोचूंगी उन्होंने तो मैं लगेगा कि जो और कोई कर रहा तो वो बेनीफिट कर रहा तो क्यों नहीं वो मैं भी खुशी हो जेन्यूनली सीरीयसली मैं भी खुशी हो तो मैं कोशिश करूँगी कि मैं भी उन्ना ही कंट्रीब्यूट कर सकता। नॉट दैट कि वो कर रहा तो मैं भी चलो 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 करिए करिए फिर वो गलतियाँ भी होंगे ने जो इनसिक्योर होंगे आप उदो सब तो ज़्यादा गलतियाँ करते हैं। सो इनसिक्योर नहीं होना चाहिए बिल्कुल। तो ना इस जो एक बहुत इंपोर्टेंट दौर उस स्टेज का दिखाया गया गुरनाम फिर स्टेज कि जी गुरनाम भुलर कदम भुल ही नहीं सकता कोई ऐसा मन याद है? ऐसे बहुत सारे स्टेजिज ने हर रोज़ नवी फीलिंग आती है नवी वाइब बनती है। बट द लास्ट ईयर आस्ट्रेलिया टूर मतलब मेरा बेस्ट टूर हूँ तक का मैं लगता है कोई ऐसा मोमेंट याद है जिथे जिहड़ा कहंदे वे कि जिहड़ा बेस्ट बनाउंदा होवे साडा जलोंग वाला शो बहुत ज़्यादा वधिया सी एंड ब्रिसबेन आस्ट्रेलिया दे विच मेरा ब्रिसबेन हुण तक दा बेस्ट शो सी एंड कैनेडा च दिस ईयर टोरंटो फ्यूजन फेस्टिवल भी बहुत वधिया सरी दे विच बहुत सी ओ मैं दिस इज हाउ यू साडा घर उत्थे नेड़े ही है सरी दे दैट्स व्हाई मेरी मम्मी नु नहीं उत्थे मिलया हैगा चांस जान दा थोड़े दिन पहला ना बहुत वड्डा सी ओ शो मतलब मैं इस वरी अप्रैल च गया पहला कैनेडा ते मेरे नाल मेरे दोस्त सीगे कहंदे ओ बेसिकली साउथ तो ने ओ हिंदी बोलदे ने कहंदे यार गुरनाम ऐसा टाइम आना चाहिए कि शहर बंद हो जाए जब तेरा शो असं अप्रैल से गल कर रहे हैं एंड आफ्टर 3-4 मंथ्स उदन फ्यूजन फैसटिवल दिन यह होया कि रोड ब्लॉक्स हो गई रोड ब्लॉक हो गई तो बहुत सारे लोग पहुँच ही नहीं पाए उत्थे क्योंकि शहर बंद हो गया। है ना तो चीज़ हैगी यही सक्सैस है ना जिंदगी छोटी छोटी खुशियां जड़ियाँ है वो कितना कितने बहुत व्डिया जगह ने बन जाए एक परसनली और उस दिन ना मैंने कई बार बहुत सारिया स्टेजिस से होंगे कि होंगे कि यार सारे लोग मतलब सवा डेढ़ घंटा तो सारे सुनते हैं अखीरले अद्धा पौने घंटे वाला शो बहुत पक्के फैनस सुनते हैं नहीं तो हर कोई होंगे यार मैं गड्डी पार्क लाई है मैं उस दिन एक भी बंदा नहीं हिलया एंड तक मतलब वो भी कमाल से उस दिन की यार कोई जोड़ा बंदा एंड तक दिस रहा खड़ा उम्मी खड़ा एंड तक मैं फाइनली नजर आ जाती है लोगों से हाँ मैं बहुत मैं हर इंटरेक्ट कर दूँ बहुत सारे शोज होंगे जिवें नॉर्मल कई रिकॉर्ड भी होंगे ने मेरा एक कैमरा पर्सन गया जो सारे रिकॉर्ड करता है कहना उन्हें एक बार कहा भाजी थैंक यू तुम मैंने गुरनाम की स्टेज रिकॉर्ड कर भेजा उन्हें कहा कि ऐसी एनर्जी ये कन्वर्ट करते हैं बहुत सारे वे वे सिंगर हैं जो स्टेज के उत्ते एनर्जी कन्वर्ट नहीं कर पाते है ना वो चीज़ जी है कर दो मैं क्या वह सदका ही है जी जो हज़ारों लोग सड़क ब्लॉक करके पहुँचे तो उत्थे एंड तक खड़े रहे है ना तो आई हैव नो वर्ड्स मैं फिर बार बार असी यार ना मैं हूँ कुछ पिछले कुछ महीनों तो टचवुड में वो मोमेंट्स मिले आ मैनू जिते मैं लगता कि यार परमात्मा मैं तेरा शुक्र ही नहीं करता है ना असी बहुत देर तो डायमंड आफ्टर डायमंड असी बहुत सानू लग्या यार वो क्रैक फिर कुछ गाने मिले मैं जब तक चैनल बनाया वा असी तो उदों दे चाह रहे सी यार कोई गाना हुण एक नंबर गाना फिर फाइनली वो उवें क्लिक हो गया मतलब मैं ऐ कई बार ऐ लगता हूँ कि यार शायद रब इत्थे ही बैठा है ना कि तू बोल कुछ मैं सुन रहा है ना चौबी तरीक न जाओ तो जाओगे देखोगे परिंदा तो नाल जे पर ने ना वो मैं कह सकता एक कुड़ी के थ्रू भी आने तो जी मैं कह सकता कि इंटेंसिटी हैगी कैरेक्टर्स की तो इंटेंसिटी जी स्टोरी की हैगी है वह बहुत तरीके कन्वर्ट होंगी स्क्रीन पर दिखेगी। ही डजेंट वॉन्ट मी टू से एनीथिंग गुड अबाउट हिम सो लैट्स एंड द इंटरव्यू राइट हेयर परिंदा पा गया 24th नू है ना आई लव यू भवनीत क्वेश्चन या 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 पहला वाला साहब है पहला डकरे कर देने का एंड इज वेल देन एवरीथिंग इज वेल या 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 हो पिंजरे दे विच कैद रहण दी आदत नहीं सी ओनू उमरां दे लई फैज रहण दी आदत नहीं सी ओनू
ऐसा इश्क दे हथे चढ़िया जिंदगी इश्क तुम्हार गया परिंदा पार गया उड़ारी मार गया। ओहो ये फिल्म उड़ारी मारे रियली वॉन्टेड क्योंकि नवियाँ कोशिशा ने हुंगारा दो इन्हों तो गुरनाम भुलर बहुत सारा प्यार दो तो हूँ इन्हों तो बाद भी जी फिल्म आ रही उद्दे वास्ते बहुत मेहनत कर रहे हैं तो जी कुी बैठी है उसनों तो बहुत सारे प्यार की लड़ है बिकॉज उन्होंने एक्टिंग उन्होंने अदाकारी असं होर सिनेमा देखना चाहते हैं तो डेफिनेटली असं चाहेंगे कि यह जोड़ी भी सूँ बार बार देखे तो डायमंड वर्गा जो चमक है ना उस फिल्म तो भी थोड़े को पहुंचे 24 तरीक में जरूर देखियो परिंदा फिल्म। Thank you, Ji. Thank you so much. Thank you, Ruki. Thank you so much.